ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਮਜੋਰਿਟੇਰੀਅਨ ਜਦੋਂ ਹੁੰਦਾ ਮਜੋਰਿਟੇਰੀਅਨ ਦੀ ਅਗਲੀ ਸਟੇਜ ਹੈ ਵੀ ਜੋ ਮਰਜ਼ੀ ਕਰੀ ਜਾਵੇ। ਸੈਕਿੰਡ ਵਰਲਡ ਵਾਰ ਤੋਂ ਬਾਅਦ 1945 ਤੋਂ ਬਾਅਦ ਇਹ ਸਾਰੀ ਦੁਨੀਆ 'ਤੇ ਜਿੰਨੀਆਂ ਡੈਮੋਕ੍ਰੇਸੀ ਆਈਆਂ ਸੀ ਉਹਨਾਂ ਦਾ ਲਿਖਤ ਅਨਲਿਖਤ ਮੈਂਡੇਟ ਇਹ ਸੀ ਵੀ ਮਨੋਰਿਟੀਆਂ ਦੀ ਪ੍ਰੋਟੈਕਸ਼ਨ ਕਰਨੀ ਹੈ। ਉਹ ਸਾਰੇ ਥਾਂ ਇਹੀ ਹੋਇਆ ਵੀ ਮਨੋਰਿਟੀਆਂ ਦੀ ਪ੍ਰੋਟੈਕਸ਼ਨ ਕਰਨੀ ਹੈ, ਅਨਪ੍ਰਿਵਿਲੇਜਡ ਕਲਾਸਿਸ ਹੈ ਉਹਨਾਂ ਦੀ ਹੈਲਪ ਕਰਨੀ ਹੈ, ਗਰੀਬੀ ਦੂਰ ਕਰਨੀ ਹੈ, ਇਹ ਸਾਰਾ ਕੁਛ ਚੱਲਦਾ ਆਇਆ ਸੀ। ਪਰ ਹੋਇਆ ਇਹ ਵੀ ਸਾਡੇ ਮਜੋਰਿਟੇਰੀਅਨ ਨੂੰ ਅਸੀਂ ਹਜੇ ਤੱਕ ਡੈਮੋਕ੍ਰੇਸੀ ਸਮਝੀ ਗਏ ਹਾਂ, ਇਸ ਕਰਕੇ ਸਾਨੂੰ ਹੈ ਜਿਹੜਾ ਇਹ ਦੇਖਣਾ ਪਊ ਵੀ ਮਜੋਰਿਟੇਰੀਅਨ ਤੋਂ ਜਦੋਂ ਹਿੰਦੂ ਰਾਸ਼ਟਰ ਵੱਲ ਜਾਂ ਰਾਸ਼ਟਰ ਵੱਲ ਬਣਾਉਣ ਦਾ ਪ੍ਰੋਸੈਸ ਹੈ ਉਹ ਬੜਾ ਸੌਖਾ ਹੋ ਜਾਂਦਾ। ਇਸ ਕਰਕੇ ਸਾਨੂੰ ਬਹੁਤ ਖਿਆਲ ਰੱਖਣਾ ਪਊ। ਜਿੱਥੋਂ ਤੱਕ 370 ਦੀ ਗੱਲਬਾਤ ਹੈ, ਅਸੀਂ ਕਸ਼ਮੀਰੀਆਂ ਨੂੰ ਜਿਸ ਤਰੀਕੇ ਨਾਲ ਬੰਦ ਉੱਥੇ ਕੀਤਾ 12-13 ਦਿਨਾਂ ਤੋਂ, ਇਸੇ ਤਰੀਕੇ ਨਾਲ ਅਸੀਂ 17 ਦਿਨ ਬੰਦ ਰਹੇ ਸੀ ਅੰਮ੍ਰਿਤਸਰ ਦੇ ਵਿੱਚ। 17 ਦਿਨ ਵਿੱਚ ਥੋੜ੍ਹਾ ਜਿਹਾ ਵਿੱਚ ਵਕਫਾ ਦਿੰਦੇ ਸੀ, ਇਹੀ ਸਾਰਾ ਕੁਛ 17 ਦਿਨ ਉੱਥੇ ਅਸੀਂ ਵੀ ਇਸ ਦੇ ਭੁਗਤ ਭੋਗੀ ਹਾਂ, ਦੇਖਿਆ ਸਾਰਾ ਕੁਛ, ਇਹ ਸਾਰਾ ਕੁਛ ਚੱਲਿਆ ਸੀ। ਪਰ ਇੰਨੀ ਗੱਲ ਜ਼ਰੂਰ ਹੈ ਵੀ ਹੁਣ ਇਹ ਜ਼ਰੂਰ ਹੈ ਵੀ ਹੁਣ ਸਾਰੇ ਕੁਛ ਨੂੰ ਬੰਦ ਨਹੀਂ ਕਰ ਸਕੇ, ਉਦੋਂ ਬੰਦ ਕਰਤਾ ਸੀ ਇਹਨਾਂ ਨੇ। ਹੁਣ ਇਨਫੋਰਮੇਸ਼ਨ ਵੀ ਬਾਹਰ ਮਿਲ ਆ ਰਹੀ ਹੈ, ਅਸੀਂ ਵੀ ਬੈਠੇ ਸਪੋਰਟ 'ਚ ਆ ਰਹੇ ਹਾਂ ਔਰ ਦੁਨੀਆ ਦੀ ਸਪੋਰਟ ਵੀ ਮਿਲ ਰਹੀ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੂੰ। ਇਹ ਇੱਕ ਪੋਜ਼ਿਟਿਵ ਸਾਈਨ ਹੈ ਅਤੇ ਜਿਹੜਾ ਇਸ ਕਰਕੇ ਸਾਨੂੰ ਹੁਣ ਉਹਨਾਂ ਲਈ ਕੋਈ ਸੋਲਿਡ ਕੋਈ ਪ੍ਰੋਗਰਾਮ ਅੱਜ ਦੇ ਮੀਟਿੰਗ ਵਿੱਚ ਕੋਈ ਉਲੀਕਣਾ ਚਾਹੀਦਾ। ਬਾਕੀ ਗੱਲਾਂ ਮੋਸਟਲੀ ਲੋਕਾਂ ਨੂੰ ਪਤਾ। ਧੰਨਵਾਦ। ਮੈਂ ਇੱਕ ਬੇਨਤੀ ਕਰਨੀ ਹੈ, ਸਾਡੇ ਕੋਲ 15 ਤਕਰੀਬਨ ਬੁਲਾਰੇ ਨੇ ਅਤੇ ਜੇ ਅਸੀਂ 2:15 ਵਜੇ ਤੱਕ ਵੀ ਚਲਾ ਗਏ 12:15 ਵਜੇ ਨੇ ਤਾਂ ਵੀ ਸਾਡੇ ਕੋਲ 8-8 ਮਿੰਟ ਆਉਂਦੇ ਨੇ। ਸੋ ਮੇਰੀ ਬੇਨਤੀ ਹੈ 7-8 ਮਿੰਟ ਦੇ ਵਿੱਚ ਹਰ ਬੁਲਾਰਾ ਆਪਣੀ ਗੱਲ ਮੇਨ ਇੰਪੋਰਟੈਂਟ ਪੁਆਇੰਟ ਜਿਹੜੇ ਨੇ ਆਪਣੀ ਕੰਸਲਟੇਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਆਪਾਂ ਟਾਈਮ ਦੇ ਹਿਸਾਬ ਨਾਲ ਕਰ ਸਕਾਂਗੇ। ਅਤੇ ਹੁਣ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਕਿ ਉਹ ਆਪਣੀ ਗੱਲ ਕਹਿਣਗੇ। ਪ੍ਰੋਫੈਸਰ ਮਨਜੀਤ ਸਿੰਘ ਇਸੇ ਮੁੱਦੇ 'ਤੇ ਇਸੇ ਹਾਲ 'ਚ ਦੂਜੀ ਵਾਰ ਇਕੱਠੇ ਹੋਏ ਹਾਂ। ਪਹਿਲਾਂ ਅਸੀਂ ਤੁਰੰਤ ਬਾਅਦ ਕੁਛ ਸੱਜਣ ਇਸੇ ਤਰ੍ਹਾਂ ਇਕੱਠੇ ਹੋਏ ਸੀ, ਅੱਜ ਅਮੀਰ ਹੋਣਾ ਦਾ ਕੈਂਪ ਬਚਾਓ ਪੰਜਾਬ ਬਚਾਓ ਵੱਲੋਂ ਇਹ ਉਪਰਾਲਾ ਕੀਤਾ ਗਿਆ। ਮੈਂ ਸਾਰਿਆਂ ਦਾ ਔਰਗੇਨਾਈਜ਼ਰ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਮੈਨੂੰ ਕੁਝ ਮਿੰਟ ਗੱਲ ਕਰਨ ਲਈ ਟਾਈਮ ਦਿੱਤਾ। ਗੱਲਾਂ ਕੋਈ ਬਹੁਤੀਆਂ ਲੰਮੀਆਂ ਚੌੜੀਆਂ ਨਹੀਂ, ਗੱਲਾਂ ਬੜੀਆਂ ਸਾਫ਼ ਵੀ ਹੈ। ਜਿਉਂ ਹੀ 2014 ਵਿੱਚ ਇਹ ਸਰਕਾਰ ਕਾਬਜ ਹੋ ਗਈ ਸੀ ਉਦੋਂ ਉਹਨਾਂ ਨੇ ਪਿਛਲੇ 5 ਸਾਲ ਸਾਰੇ ਟਰਾਏ ਕਰ ਲਏ। 2015 'ਚ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਤਰਕਸ਼ੀਲਾ 'ਤੇ ਹਮਲੇ ਹੋਏ ਸੀ। ਅਸੀਂ ਬਹੁਤ ਸਾਰੇ ਸੱਜਣ ਇੱਥੇ ਬੈਠੇ ਹਾਂ ਜਿਹੜੇ ਉਹਨਾਂ ਦੀ ਵਿਰੋਧਤਾ ਕੀਤੀ ਸੀ, ਤੁਹਾਨੂੰ ਸਾਰੇ ਦਬੋਲਕਰ ਹੋਰ ਸਾਰੇ ਗੁਲਬਰਗੀ ਔਰ ਜਿਸ ਢੰਗ ਨਾਲ ਉਹ ਕੀਤੀ ਗਈ ਸੀ ਕਰਵਾਈ ਗਈ ਸੀ ਉਹ ਸਾਰਿਆਂ ਨੂੰ ਸਾਨੂੰ ਪਤਾ। ਉੱਥੋਂ ਸ਼ੁਰੂ ਹੋ ਕੇ ਜਿਵੇਂ ਇਹ ਗੱਲ ਅੱਗੇ ਵੱਧਦੀ ਰਹੀ ਹੈ, ਇੱਕ ਆਰ
ਆਰਐਸਐਸ ਦੇ ਮਨ ਦੇ ਵਿੱਚ ਜਾਂ ਜਿਹੜਾ ਉਹਨਾਂ ਦਾ ਰਾਜਨੀਤਿਕ ਵਿੰਗ ਬੀਜੇਪੀ ਪਾਰਟੀ ਹੈਗੀ, ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਰਿਹਾ ਹਿੰਦੁਸਤਾਨ ਦੇ ਵਿੱਚ ਕਿ ਜਿਹੜੇ ਸੂਡੋ ਸੈਕੂਲਰਿਸਟ ਉਹ ਟਰਮ ਵਰਤਦੇ ਆ ਉਹ ਕਾਂਗਰਸ ਬਾਰੇ ਖਾਸ ਕਰ, ਇਹ ਸੂਡੋ ਸੈਕੂਲਰਿਸਟ ਹੈਗੇ। ਵੈਸੇ ਚਲੋ ਹੈ ਵੀ ਠੀਕ ਵੀ ਹੈ ਕਿ ਸੂਡੋ ਸੈਕੂਲਰਿਸਟ ਸਿਆਸੀ ਸੈਕੂਲਰਿਸਟ ਤਾਂ ਹੈ ਨਹੀਂ, ਤਾਂ ਉਹਨਾਂ ਨੇ ਜੋ ਜਿਸ ਕਿਸਮ ਦਾ ਦੇਸ਼ ਦੇ ਕਾਨਸਟੀਟਿਊਸ਼ਨ ਦੇ ਤਹਿਤ ਜੋ ਕੁਛ ਕੀਤਾ ਉਹ ਕਾਫੀ ਨਹੀਂ, ਉਹਨਾਂ ਦੀ ਸ਼ਿਕਾਇਤ ਰਹਿੰਦੀ ਹੈ। ਉਹ ਇਹ ਨਹੀਂ ਕਹਿਣਾ ਚਾਹੁੰਦੇ ਕਿ ਅਸੀਂ ਉਹ ਸੂਡੋ ਸੈਕੂਲਰਿਸਟ ਆ ਅਤੇ ਅਸੀਂ ਅਸਲੀ ਸੈਕੂਲਰਿਸਟ ਆ, ਉਹ ਕਹਿੰਦੇ ਨਹੀਂ, ਜੋ ਕਰਨਾ ਨੰਗੇ ਚਿੱਟੇ ਹੋ ਕੇ ਕਰੋ ਔਰ ਖੁੱਲ੍ਹ ਕੇ ਕਰੋ, ਲੋਕਾਂ ਨੂੰ ਕਹਿ ਕੇ ਕਰੋ, ਔਰ ਕੋਈ ਦਲੀਲ ਦੀ ਲੋੜ ਨਹੀਂ। ਮੰਚ ਕੀ ਆ ਉਹਨਾਂ ਦੇ ਮੰਚ ਇਹ ਹੈ ਜੋ ਵੀਰ ਸਵਾਰਕਰ ਸ਼ੁਰੂ 'ਚ ਹੀ ਜਰਮਨੀ ਤੋਂ ਮੈਸੇਜ ਲੈ ਆਇਆ ਸੀ ਕਿ ਉਦੋਂ ਮਾਹੌਲ ਵੀ ਉੱਥੇ ਉਹ ਜਿਹਾ ਸੀ ਕਿ ਜੇ ਜਰਮਨ ਆਪਣੇ ਲਈ ਆਪਣੇ ਦੇਸ਼ ਲਈ ਦੇਸ਼ ਭਗਤੀ ਲਈ ਇੰਨੇ ਤਕੜੇ ਤੌਰ 'ਤੇ ਮਰਨ ਮਿਟਣ ਲਈ ਤਿਆਰ ਆ ਅਤੇ ਦੋ ਜੰਗਾਂ ਦੇ ਵਿੱਚ ਵੀ ਇੰਨੀ ਉਹਨਾਂ ਨੇ ਦਲੇਰੀ ਦਿਖਾਈ ਹੈ, ਅਤੇ ਸਾਡਾ ਤਾਂ ਕੁੱਲ ਮਿਲਾ ਕੇ ਹਿੰਦੂਆਂ ਦਾ ਤਾਂ ਕੋਈ ਦੇਸ਼ ਹੋਰ ਤਾਂ ਕਿਤੇ ਹੈ ਨਹੀਂ। ਨੇਪਾਲ ਵਾਲੇ ਵੀ ਬਦਲ ਗਏ, ਉੱਥੇ ਪਹਿਲਾਂ ਹਿੰਦੂ ਸਟੇਟ ਉਹਨੂੰ ਕਿਹਾ ਜਾਂਦਾ, ਅਤੇ ਅਸੀਂ ਜਿਹੜੀ ਖੁੱਲ੍ਹੀ ਹਵਾ ਜਿਵੇਂ ਸਿੱਖ ਇੱਥੇ ਕਹਿੰਦੇ ਆ, ਜਿਵੇਂ ਹੁਣ ਜਸਪਾਲ ਜੀ ਨੇ ਵੀ ਕਿਹਾ ਕਿ ਜਿੱਥੇ ਫਰੀਡਮ ਦੀ ਗਲੋ ਹੋਏ ਜਾਂ ਕਿਸੇ ਵੀ ਘੱਟ ਗਿਣਤੀ ਨੂੰ ਫਰੀਡਮ ਦੀ ਗਲੋ ਹੋਵੇ, ਅਤੇ ਉਹ ਕਹਿੰਦੇ ਆ ਕਿ ਸਾਡੇ ਧਰਮ ਦੇ ਨਾਂ 'ਤੇ ਸਾਨੂੰ ਇੱਥੇ ਖੁੱਲ੍ਹ ਖੇਲਣ ਦੀ ਪੂਰੀ ਗਲੋ ਹੋਵੇ, ਕੋਈ ਹਰਜ ਨਹੀਂ ਹੈਗਾ। ਇਹ ਇੱਕ ਉਹਨਾਂ ਦੀ ਬੇਸਮਝੀ ਹੈਗੀ ਹੈ ਕਿ ਜਿਹੜਾ ਭਾਰਤ ਆ ਜਿਹਨੂੰ ਇੰਡੀਆ ਜਾਂ ਕੋਈ ਹਿੰਦੁਸਤਾਨ ਕਹਿੰਦੇ ਆ ਉਹ ਉਸ ਤਰ੍ਹਾਂ ਨਹੀਂ ਹੈਗਾ, ਨਾ ਉਹ ਯੂਰਪ 'ਚ ਸੀ ਕਦੀ, ਉੱਥੇ ਵੀ ਕਦੀ ਵੀ ਇਟਸ ਆਲਵੇਜ਼ ਅਨਰਿਜ਼ੋਲਵਡ ਇਸ਼ੂ ਕਿ ਕੌਣ ਕੌਮ ਕੌਮੀਅਤਾਂ ਕੀ ਹੁੰਦੀਆਂ। ਜੇ ਹੁਣ ਇਸ ਪਾਸੇ ਨੂੰ ਲਿਜਾਣਾ ਚਾਹੁੰਗੇ ਤਾਂ ਸਭ ਤੋਂ ਵੱਡੀ ਗੱਲ ਦਿੱਕਤ ਵਾਲੀ ਗੱਲ ਇਹ ਆ ਰਹੀ ਆ ਉਹਨਾਂ ਨੂੰ ਜਿਹਦਾ ਕਿ ਕਸ਼ਮੀਰ ਇੱਕ ਉਹਦਾ ਐਪੀਸੋਡ ਹੈਗਾ, 84 ਉਹਦਾ ਇੱਕ ਐਪੀਸੋਡ ਹੈਗਾ, ਗੁਰੂ ਰਵਿਦਾਸ ਜੀ ਦੇ ਮੰਦਰ ਨੂੰ 700 ਕਨਾਲ ਉਹਨਾਂ ਦੀ ਜ਼ਮੀਨ ਤੁਗਲਕਾਬਾਦ 'ਚ ਹੋਵੇ, 500 ਸਾਲ ਪੁਰਾਣੀ ਹਿਸਟਰੀ ਹੋਵੇ, ਔਰ 700 ਏਕੜ 'ਚੋਂ ਪਹਿਲਾਂ 700 ਕਨਾਲ 'ਚੋਂ ਪਹਿਲਾਂ 3 ਏਕੜ ਰਹਿਣ ਦਿੱਤੀ, ਯਾਨੀ 24 ਕਨਾਲ ਰਹਿਣ ਦੀ, ਅਤੇ ਹੁਣ 4 ਦਿਨ 'ਚ ਰਿਪੋਰਟ ਕਰਨੀ ਸੀਗੀ ਅਤੇ ਰਾਤੋਂ ਰਾਤ ਹੀ, ਅੱਜ ਸੁਪਰੀਮ ਕੋਰਟ ਦਾ ਆਰਡਰ ਹੁੰਦਾ ਅਤੇ ਰਾਤੋਂ ਰਾਤ ਹੀ ਤੁਸੀਂ ਉਹਨਾਂ ਨੂੰ ਉਸੇ ਰਾਤ ਹੀ 9 ਤਰੀਕ ਦੀ ਰਾਤ ਨੂੰ ਯਾਨੀ 10 ਦੇ ਸਵੇਰੇ ਬੁਲਡੋਜ਼ਰ ਫੇਰ ਕੇ ਤੁਸੀਂ ਉਹ ਮੰਦਰ ਢਾਹ ਦਿੱਤਾ। ਇਹ ਮੰਦਰ ਨਹੀਂ ਹੁੰਦਾ ਹੈ ਕੱਲਾ, ਇਹ ਉਹੀ ਗੱਲ ਹੈ ਜੋ 84 ਵਾਲੀ ਗੱਲ, ਇਹ ਆਸਤਾ 'ਤੇ ਆ ਲੋਕਾਂ ਦੇ ਭਰੋਸੇ 'ਤੇ ਸੱਟ ਮਾਰੀ, ਉਹਨੂੰ ਬੁਲਡੋਜ਼ ਕੀਤਾ ਤੁਸੀਂ, ਲੋਕਾਂ ਦੇ ਇੱਕ ਦੂਜੇ ਦਾ ਆਪਸੀ ਪਿਆਰ ਆ ਜਿਹੜਾ ਭਾਈਚਾਰਾ ਹੈ ਉਹਨੂੰ ਤੋੜ ਕੇ ਰੱਖਤਾ, ਉਹਨੂੰ ਬੁਲਡੋਜ਼ ਕੀਤਾ। ਇਸ ਕਰਕੇ ਜੇ ਅਸੀਂ ਨਹੀਂ ਸਮਝਦੇ, ਮੈਂ ਤਰਕਸ਼ੀਲਾਂ ਤੋਂ ਲੈ ਕੇ ਹੁਣ ਤੱਕ ਜੋ ਲਗਾਤਾਰ ਕਾਰਵਾਈਆਂ ਔਰ ਪਿੱਛੇ ਵੀ, ਇਹ ਇੱਕ ਦੁਖਾਂਤ ਵਾਲੀ ਗੱਲ ਹੈ ਕਿ ਸਾਰੀ ਦੁਨੀਆ ਗਾਂਹ ਨੂੰ ਜਾਣਾ ਸੋਚ ਰਹੀ ਹੈ ਕਿ ਆਪਾਂ ਰੈਸ਼ਨਲਿਜ਼ਮ ਸੈਕੂਲਰਿਜ਼ਮ ਹੋਰ ਭਾਈਚਾਰਾ ਰਿਪਬਲਿਕ ਸੋਸ਼ਲਿਸਟ ਟਾਈਪ ਆਫ ਸਿਸਟਮ ਜੋ ਸਾਡੇ ਕਾਨਸਟੀਟਿਊਸ਼ਨ 'ਚ ਲਿਖਿਆ ਕਿ ਉਹਦੇ 'ਤੇ ਵੀ ਕੁਛ ਅੱਗੇ ਚੱਲਣ ਦੀ ਕੋਸ਼ਿਸ਼ ਕਰੀਏ ਦੁਨੀਆ 'ਤੇ। ਇੱਥੇ ਰਾਜ ਚਾਹੀਦਾ ਹੁਣ ਉਹ ਕਿਸ ਤਰ੍ਹਾਂ ਹੋਵੇ, ਅੱਜ ਦੇ ਯੁੱਗ 'ਚ ਕਿਵੇਂ ਹੋਵੇ, ਉਹਦੇ ਲਈ ਜਿਸ ਢੰਗ ਨਾਲ ਇਹ ਆ ਰਹੇ ਹੈ ਇੱਕ ਆਪਣੀ ਕਿਸਮ ਦਾ, ਇਹਨਾਂ ਗੱਲਾਂ 'ਚੋਂ ਕੁੱਲ ਮਿਲਾ ਕੇ ਨਿਕਲਣਾ ਇਹ ਆ ਫਾਸ਼ਿਜ਼ਮ ਨਿਕਲੂਗਾ,
ਜਿਹਦੇ ਅਰਲੀ ਰੂਪ ਸਾਨੂੰ ਸਾਰੇ ਦਿਖਣ ਲੱਗ ਪਏ ਆ। ਜੇ ਅਸੀਂ ਨਹੀਂ ਸਮਝਾਂਗੇ, ਹੋਰ ਦੇਰ ਲਾਵਾਂਗੇ ਤਾਂ ਹੋਰ ਨੁਕਸਾਨ ਕਰਾਵਾਂਗੇ। ਇਸ ਚੀਜ਼ ਨੇ ਹੋਰ ਸਪੀਡ ਤਾਂ ਫੜ ਜਾਣੀ ਹੈ ਕਿ ਇਹ ਰਾਜ ਦੇ ਵਿੱਚ ਤੁਸੀਂ ਵੱਡੇ ਪੱਧਰ 'ਤੇ ਪੈਸਾ ਖਰਚ ਕੇ ਹੋਰ ਲੁੱਟ ਮਾਰ ਕਰਕੇ ਸੱਤਾ ਤਾਂ ਹਾਸਲ ਕਰ ਲਈ, ਪਰ ਸੱਤਾ ਦਾ ਇਸਤੇਮਾਲ ਕੀ ਕਰਨਾ ਉਹ ਇਹਨਾਂ ਨੂੰ ਆਉਂਦਾ ਨਹੀਂ। ਉੱਥੇ ਆ ਕੇ ਇਹ ਮਾਰ ਖਾ ਰਹੇ ਆ। ਅਰਥ ਵਿਵਸਥਾ ਇੰਨੀ ਡਗਮਗਾ ਗਈ ਹੈ ਕਿ 2008 ਵਿੱਚ ਜੋ ਅਮਰੀਕਾ ਦੇ ਨਾਲ ਹੋਇਆ, ਐਡੇ ਪਾਵਰਫੁੱਲ ਕੰਟਰੀ ਨਾਲ ਹੋਇਆ, ਉਹਦੇ ਨਾਲ ਵਰਸ ਉਹਦੇ ਨਾਲ ਭਿਆਨਕ ਸਾਡਾ ਹੋਣ ਵਾਲਾ ਆਟੋਮੋਬਾਈਲ ਇੰਡਸਟਰੀ 30% ਥੱਲੇ ਚਲੇ ਗਈ ਆ, ਔਰ ਕੰਜ਼ਿਊਮ ਸਾਰਾ ਸੰਕਟ ਇਹ ਬਣਿਆ ਕਿ ਕਿਉਂਕਿ ਲੋਕਾਂ ਕੋਲ ਪੈਸਾ ਨਹੀਂ ਰਿਹਾ, ਡਿਮਾਂਡ ਨਹੀਂ ਰਹੀ, ਕੰਜ਼ਿਊਮਰ ਦੇ ਕੋਲ ਪੈਸਾ ਨਹੀਂ ਹੈਗਾ, ਅਤੇ ਆਪਣੀ ਹੀ ਗੌਰਮੈਂਟ ਦੀ ਜਿਹੜੀ ਲੇਬਰ ਮਿਨਿਸਟਰੀ ਆ ਉਹਨਾਂ ਨੇ ਜਿਹੜੀ ਕਮੇਟੀ ਬਣਾਈ 2017 'ਚ, ਉਹਨਾਂ ਨੇ ਕਿਹਾ ਕਿ ਜੂਨ 2018 'ਚ ਤੁਸੀਂ ਮਿਨੀਮਮ ਵੇਜ ਪਰ ਡੇ 175 ਰੁਪਈਏ ਤੋਂ ਵਧਾ ਕੇ 375 ਰੁਪਈਏ ਕਰੋ, 176 ਰੁਪਈਏ ਤੋਂ ਵਧਾ ਕੇ। ਇਹਨਾਂ ਨੇ ਕੀ ਕੀਤੀ, 2 ਰੁਪਈਏ ਵਧਾਈ। ਤੁਸੀਂ ਮੰਨੋਗੇ, ਇਹਦਾ ਮਤਲਬ ਇਹ ਹੈ 178 ਰੁਪਈਏ ਕੀਤੀ 375 ਰੁਪਈਏ ਕਰਨ ਦੀ ਜਗ੍ਹਾ। ਇਹ ਇਹਨਾਂ ਦੇ ਆਪਣੇ ਮਿਨਿਸਟਰੀ ਦਾ ਹੋਣ ਦਾ ਬਿਆਨ ਹੈ ਉਹ ਵੀ ਹੋਣ। ਇਸ ਕਰਕੇ ਜਦੋਂ ਇਸ ਕਿਸਮ ਦੇ ਵਿਚਾਰ ਆਉਂਦੇ ਆ ਤਾਂ ਘੱਟ ਗਿਣਤੀਆਂ, ਆਦੀਵਾਸੀ, ਔਰਤਾਂ, ਪੈਜੈਂਟਰੀ, ਦਲਿਤ ਖਾਸ ਕਰਕੇ, ਇਹ ਸਾਰੇ ਦੇ ਸਾਰੇ ਬੜੇ ਵੱਡੇ ਪੱਧਰ 'ਤੇ ਇਸ ਸਾਰੀ ਤ੍ਰਾਸਦੀ ਦੇ ਵਿਕਟਮ ਹੋਣਗੇ। ਆਪਾਂ ਇਹ ਗੱਲਾਂ ਦੀ ਗੱਲ ਨਹੀਂ ਹੈਗੀ, ਇਹ ਕੋਈ ਮੈਂ ਪ੍ਰੋਪੇਗੰਡੇ ਦੀ ਨਹੀਂ ਗੱਲ ਕਰ ਰਿਹਾ। ਅਤੇ ਜਿਵੇਂ ਜਿਵੇਂ ਆਰਥਿਕ ਸੰਕਟ ਵਧਣਾ ਉਹ ਇਹਨਾਂ ਕੋਲ ਹੈਂਡਲ ਨਹੀਂ ਹੋਣਾ, ਇੱਧਰ ਨੂੰ ਅੱਗ ਜਿਹੜੀ ਆ ਹੋਰ ਤੇਜ਼ੀ ਨਾਲ ਵਧਾ ਕੇ ਬਹੁ ਗਿਣਤੀਆਂ ਅਤੇ ਘੱਟ ਗਿਣਤੀਆਂ ਦਾ ਮਸਲਾ ਬਣਾ ਕੇ, ਔਰ ਉਹ ਕਰ ਰਿਹਾ ਉਹ ਕਰ ਰਿਹਾ ਇਸ ਕਰਕੇ ਇਹ ਹੋ ਰਿਹਾ, ਉਹ ਆਪਣੇ ਆਪ ਨੂੰ ਕਦੀ ਗਲਤ ਨਹੀਂ ਕਹਿਣਗੇ। ਔਰ ਇੱਥੇ ਉਸ ਕਿਸਮ ਦਾ ਨੰਗਾ ਤਾਂਡਵ ਨਾਚ ਨੱਚਿਆ ਜਾਊਗਾ ਜਿਹਦਾ ਪਹਿਲਾ ਟ੍ਰੇਲਰ ਕਸ਼ਮੀਰ ਉਹਨਾਂ ਨੇ ਦਿਖਾ ਦਿੱਤਾ। ਸੰਵਿਧਾਨ ਉਹਨਾਂ ਲਈ ਕੂੜਾ, ਸੰਵਿਧਾਨ ਉਹਨਾਂ ਲਈ ਕੂੜਾ ਹੁਣ। ਉਹ ਜੋ ਵੀ ਕਰਨਾ ਪਾਰਲੀਮੈਂਟ ਬੁਲਾਇਆ ਕਰਨਗੇ, ਜਦੋਂ ਮਰਜ਼ੀ ਐਮਰਜੈਂਸੀ 'ਚ ਬੁਲਾਇਆ ਕਰਨਗੇ, ਧੱਕੇ ਨਾਲ ਉੱਥੇ ਪਾਸ ਕਰ ਦਿਆ ਕਰਨਗੇ, ਕਿਉਂਕਿ ਧੱਕੇ ਨਾਲ ਹੀ ਹੈ, ਬਹਿਸ ਤਾਂ ਹੈ ਹੀ ਨਹੀਂ ਕੋਈ, ਅਤੇ ਡੈਮੋਕ੍ਰੇਸੀ ਹੈ ਕਿੱਥੇ, ਕਾਂਸਟੀਟਿਊਸ਼ਨਲਿਜ਼ਮ ਹੈ ਕਿੱਥੇ। ਇਸ ਕਰਕੇ ਹੁਣ ਤਾਂ ਸਿੱਧੇ ਸਿੱਧੇ ਫੈਸਲੇ ਹੋਇਆ ਕਰਨਗੇ। ਆਰਮੀ ਨੂੰ ਉਹਨਾਂ ਨੇ ਆਪਣੇ ਹੱਥ 'ਚ, ਤਿੰਨਾਂ ਫੋਰਸਿਸ ਨੂੰ ਹੱਥ ਕਰਕੇ ਆਫਿਸਰ ਇੱਕ ਸਿੰਗਲ ਲਾ ਰਹੇ ਆ, ਜਿਹੜਾ ਸਿੱਧਾ ਸਿੱਧਾ ਅਕਾਊਂਟੇਬਲ ਪ੍ਰਧਾਨ ਮੰਤਰੀ ਨੂੰ ਹੋਊਗਾ, ਪ੍ਰਧਾਨ ਮੰਤਰੀ ਨਾਲ ਗੱਲ ਕਰੂਗਾ, ਉਹਦੇ 'ਚ ਕੋਈ ਡਿਫੈਂਸ ਮਿਨਿਸਟਰ ਦੀ ਲੋੜ ਨਹੀਂ ਹੈ। ਜਿਸ ਕਿਸਮ ਨਾਲ ਬੇਸ਼ਰਮੀ ਨਾਲ ਸੁਪਰੀਮ ਕੋਰਟ ਨੇ ਆਪਣਾ ਉਹ ਜਿਹੜੀਆਂ ਐਪਲੀਕੇਸ਼ਨਾਂ ਰਿਟਸ ਪਾਈਆਂ ਸੀਗੀਆਂ, ਅਤੇ ਉਹ ਬੜਾ ਸੋਹਣਾ ਭਾਨੂ ਪ੍ਰਤਾਪ ਮਹਿਤੇ ਨੇ ਕਿਹਾ ਕਿ ਦੇ ਥਰੋ ਦਾ ਟਿਨ ਇਨ ਦਾ ਸਟਰੀਟ, ਕਿ ਉਹਨਾਂ ਨੇ ਐਪਲੀਕੇਸ਼ਨਾਂ ਲੈ ਜਾਓ, ਕਹਿੰਦਾ ਤੁਹਾਨੂੰ ਲਿਖਣਾ ਨਹੀਂ ਆਉਂਦਾ, ਸ਼ਰਮ ਕਰੋ ਕੁਛ, ਤੁਹਾਨੂੰ ਆਪ ਕਰਨਾ ਚਾਹੀਦਾ ਜੱਜਾਂ ਨੂੰ ਬੈਠਿਆ ਉੱਥੇ, ਕੀ ਦੇਸ਼ ਵਿੱਚ ਹੋ ਰਿਹਾ, ਤੁਸੀਂ ਕਾਨੂੰਨ ਦੇ ਰਾਖੇ ਆ, ਇੱਥੇ ਸਿਵਲ ਸੁਸਾਇਟੀ ਦੇ ਰਾਖੇ ਆ, ਤੁਹਾਨੂੰ ਸੂਆ ਮੋਟੋ ਲੈਣਾ ਚਾਹੀਦਾ, ਜੇ ਕਿਸੇ ਨੇ ਗਲਤ ਪਾਤੀ ਤੁਸੀਂ ਠੀਕ ਕਰ ਦਿਓ, ਤਾਂ ਤੁਸੀਂ ਸੁੱਟ ਦੀ ਐਪਲੀਕੇਸ਼ਨ। ਇਹਦਾ ਮਤਲਬ ਇਹਨਾਂ ਨੂੰ ਇੰਡੀਕੇਸ਼ਨਸ ਨੂੰ ਸਮਝ ਲਓ, ਕਿਸੇ ਇੰਸਟੀਟਿਊਸ਼ਨ 'ਚ ਤੁਹਾਨੂੰ ਰਾਹਤ ਨਹੀਂ ਮਿਲਣੀ, ਹਾਲਤ ਠੀਕ ਨਹੀਂ ਹੈ, ਔਰ ਆਉਣ ਵਾਲੇ ਸਮੇਂ 'ਚ ਤੇਜ਼ੀ ਨਾਲ ਵਿਗੜੂਗੀ। ਆਪਾਂ ਕੋਈ ਸੋਲਿਡ ਪ੍ਰੋਗਰਾਮ ਲੈ ਕੇ ਚੱਲੀਏ, ਔਰ ਮੈਂ ਇੰਨੀ ਗੱਲ ਨਾਲ ਗੱਲ ਖਤਮ ਕਰਦਾ ਕਿ ਇੱਕ ਵਿਜ਼ਿਟ ਉਹਨਾਂ ਲੋਕਾਂ ਕੋਲ ਜ਼ਰੂਰ ਸਾਨੂੰ ਜਾਣੀ ਚਾਹੀਦੀ ਹੈ। ਇੱਥੇ ਟੀਮ ਬਣਾ ਲਓ, ਮੈਂ ਰੈਡੀ ਹਾਂ। ਮੈਂ ਬਹੁਤ ਦੇਰ ਪਹਿਲਾਂ ਵੀ ਪ੍ਰੋਫੈਸਰ ਜਗਮੋਹਨ ਸਿੰਘ ਭਗਤ ਸਿੰਘ ਦੇ ਭਾਣਜੇ ਜਿਹੜੇ, ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਜਾ ਕੇ ਆਈਏ, ਕਿਉਂਕਿ ਉਹ ਹੈਗੇ ਹਿਊਮਨ ਰਾਈਟਸ ਦੇ ਵਿੱਚ,
ਅੱਜ ਵੀ ਇੱਕ ਟੀਮ ਬਣਾ ਲਓ 5-7 ਬੰਦਿਆਂ ਦੀ। ਜਦੋਂ ਕਿਸੇ ਨੂੰ ਮਾਰ ਦਿੱਤਾ ਜਾਂਦਾ ਅੱਤਵਾਦੀ ਕਹਿ ਕੇ, ਉਸ ਤੋਂ ਬਾਅਦ ਐਡੀ ਵੱਡੀ ਸੰਖਿਆ, ਈਵਨ ਅਸੀਂ ਪੰਜਾਬ ਦੇ ਵਿੱਚ ਟੈਰਰਿਜ਼ਮ ਆਪਾਂ ਨੇ ਦੇਖਿਆ, ਉਸ ਦੌਰ 'ਚ ਵੀ ਸਾਡੀਆਂ ਨਜਾਇਜ਼ ਸਾਡੇ ਮੁੰਡਿਆਂ ਨੂੰ ਮਾਰਿਆ ਗਿਆ, ਲੇਕਿਨ ਕਦੇ ਵੀ ਉਸ ਦੌਰ ਦੇ ਵਿੱਚ ਐਡੇ ਵੱਡੇ ਜਲੂਸ ਨਹੀਂ ਨਿਕਲੇ ਜਿੱਡੇ ਵੱਡੇ ਜਲੂਸ ਜਿਹੜੇ ਨੇ ਕਸ਼ਮੀਰੀ ਲੋਕ ਕੱਢਦੇ ਨੇ। ਇਹ ਡੈਮੋਕ੍ਰੇਸੀ ਹੈ, ਇਹ ਲੋਕਾਂ ਦੀ ਆਪਦੇ ਹੱਕ ਲੈਣ ਦੀ, ਆਪਦੇ ਨਾਲ ਹੋਣ ਵਾਲੇ ਜ਼ੁਲਮ ਨੂੰ ਰਜਿਸਟ ਕਰਨ ਦੀ ਇੱਕ ਸਟਰੋਂਗ ਭਾਵਨਾ ਜਿਹੜੀ ਸੜਕ ਦੇ ਉੱਤੇ ਨਿਕਲ ਕੇ ਵਿਅਕਤ ਕਰਦੀ ਹੈ। ਉਸ ਸੁਸਾਇਟੀ ਨੂੰ ਤੁਸੀਂ ਫੌਜ ਦੀ ਬੰਦੂਕ ਦੇ ਸਿਰ ਦੇ ਉੱਤੇ ਇਹ ਮਨਵਾ ਲਿਓਗੇ ਵੀ ਤੁਸੀਂ ਹੁਣ ਕੌਮੀਅਤ ਨਹੀਂ ਰਹੇ ਇਸ ਤਰੀਕ 5 ਅਗਸਤ ਤੋਂ ਬਾਅਦ, ਇਹ ਕਦੀ ਵੀ ਨਹੀਂ ਹੋਣਾ, ਇਹ ਕਦੀ ਨਹੀਂ ਮੰਨਿਆ ਜਾਣਾ। ਉਹ ਸੁਸਾਇਟੀ ਲੜ ਮਰੇਗੀ, ਉਹ ਲੜ ਮਰਨਗੇ, ਬੱਚੇ ਬੱਚੇ ਤੱਕ ਉਹਨਾਂ ਦੇ ਵਿੱਚ ਇਹ ਜਜ਼ਬਾ ਜਿਹੜਾ ਹੈਗਾ, ਬਲਕਿ ਜੋ ਗੜਬੜ ਕੀਤੀ ਗਈ ਹੈ, ਜਿਸ ਤਰੀਕੇ ਨਾਲ ਇਹ ਉਹਨਾਂ ਦੇ ਸਿਰ ਦੇ ਉੱਤੇ ਥੋਪਿਆ ਗਿਆ, ਇਹਦਾ ਨਤੀਜਾ ਇਹ ਹੋਣ ਜਾ ਰਿਹਾ ਕਿ ਜਿਹੜੇ ਗਨ ਬਿਲਡਿੰਗ ਹਿੱਸਾ ਸੀ ਉਹਨੂੰ ਭਰਤੀ ਵਾਸਤੇ ਵਡੇਰਾ ਗਰਾਊਂਡ ਜਿਹੜਾ ਹੈਗਾ ਉਹ ਇਹਨਾਂ ਨੇ ਤਿਆਰ ਕਰਕੇ ਦਿੱਤਾ ਹੈ। ਅੱਜ ਉੱਥੇ ਜਿਹੜੀ ਭਰਤੀ ਦੀ ਸੰਭਾਵਨਾ ਜਿਹੜੇ ਇੰਤਹਾ ਪਸੰਦ ਹਿੱਸਾ ਹੈ ਉਹਦੇ ਵਾਸਤੇ ਖੁੱਲ੍ਹੀ ਹੈ, ਉਹ ਪਹਿਲਾਂ ਕਦੀ ਨਹੀਂ ਸੀ। ਕਸ਼ਮੀਰੀ ਬੱਚਿਆਂ ਨੂੰ ਅਸੀਂ ਪੁੱਛਦੇ ਸੀਗੇ ਜਾ ਕੇ ਵੀ ਤੁਸੀਂ ਕਿਉਂ ਲੜਦੇ ਹੋ, ਇੰਨਾ ਰਿਸਕ ਲੈਂਦੇ ਹੋ ਫੌਜ ਦੇ ਨਾਲ ਪੱਥਰਾਂ ਲੈ ਕੇ, ਉਹ ਕਹਿੰਦੇ ਅਸੀਂ ਫੌਜ ਨਾਲ ਨਹੀਂ ਲੜਦੇ, ਨਾ ਹੀ ਅਸੀਂ, ਸਾਨੂੰ ਪਤਾ ਹੁੰਦਾ ਵੀ ਪਿੰਡ 'ਚ ਟੈਰਰਿਸਟ ਹੈ ਕਿ ਨਹੀਂ ਹੈ, ਸਾਨੂੰ ਇੰਨਾ ਪਤਾ ਹੁੰਦਾ ਕਿ ਜੇ ਫੋਰਸਿਸ ਪਿੰਡ ਦੇ ਵਿੱਚ ਆਈਆਂ ਨੇ ਤਾਂ ਕਿਸੇ ਨੂੰ ਮਾਰ ਕੇ ਹੀ ਜਾਣਗੀਆਂ, ਇਸ ਕਰਕੇ ਅਸੀਂ ਲੜਦੇ। ਉਹ ਕਹਿੰਦੇ ਇੱਦਾਂ ਥੋੜ੍ਹੀ ਆ ਵੀ ਟੈਰਰਿਸਟ ਦੱਸ ਕੇ ਆਉਂਦੇ ਨੇ ਸਾਰੇ ਪਿੰਡ ਨੂੰ ਵੀ ਅਸੀਂ ਹੁਣ ਪਿੰਡ 'ਚ ਆ ਗਏ ਅਤੇ ਹੁਣ ਸਾਨੂੰ ਲੁਕੋ ਲਵੋ, ਇੱਦਾਂ ਕਹਿੰਦੇ ਐਡੇ ਮੂਰਖ ਥੋੜ੍ਹੀ ਨਹੀਂ ਟੈਰਰਿਸਟ, ਉਹ ਪਤਾ ਹੀ ਨਹੀਂ ਹੁੰਦਾ ਕਹਿੰਦੇ ਸਾਨੂੰ ਵੀ ਪਿੰਡ 'ਚ ਹੈ ਵੀ ਨੇ ਕਿ ਨਹੀਂ, ਪਰ ਸਾਨੂੰ ਇੰਨਾ ਪਤਾ ਹੁੰਦਾ ਜੇ ਉਹ ਚੱਲ ਪਿਆ ਨਾ ਉਹਨਾਂ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਕੈਸੋ ਕਹਿੰਦੇ ਨੇ, ਵੀ ਕੈਸੋ ਚੱਲ ਪਿਆ ਅਤੇ ਹੁਣ ਕਿਸੇ ਨਾ ਕਿਸੇ ਨੂੰ ਮਾਰ ਕੇ ਹੀ ਜਾਣਗੇ, ਕਿਸੇ ਨਾ ਕਿਸੇ ਘਰ ਨੂੰ ਉਡਾ ਕੇ ਹੀ ਜਾਣਗੇ, ਇਸ ਕਰਕੇ ਅਸੀਂ ਉਹਦਾ ਜਨਰਲ ਇੱਕ ਵਿਰੋਧ ਕਰਦੇ ਹਾਂ। ਸੋ ਇਸ ਕਾਇੰਡ ਆਫ ਪਾਪੂਲੇਸ਼ਨ ਜਿਹਦੇ ਉੱਤੇ ਤੁਸੀਂ ਇਹ ਕਰ ਰਹੇ ਹੋ, ਸੋ ਲਾਜ਼ਮੀ ਤੌਰ 'ਤੇ ਇਹ ਕਸ਼ਮੀਰ ਦੀ ਸਮੱਸਿਆ ਨੂੰ ਵਧਾਉਣ ਦੀ ਨਹੀਂ, ਘਟਾਉਣ ਦੀ ਨਹੀਂ, ਇਹ ਕਸ਼ਮੀਰ ਦੀ ਸਮੱਸਿਆ ਨੂੰ ਬੇਇੰਤਹਾ ਵਧਾ ਦੇਣ ਦੀ ਗੱਲ ਹੈ। ਦੂਜਾ, ਜਿਹੜਾ ਕਸ਼ਮੀਰ ਅੱਜ ਤੱਕ ਇੰਟਰਨੈਸ਼ਨਲ ਇਸ਼ੂ ਨਹੀਂ ਸੀ ਬਣ ਪਾ ਰਿਹਾ, ਇਹਨਾਂ ਨੇ ਰਸਤਾ ਸਾਫ਼ ਕੀਤਾ, ਖੁਦ ਸਾਫ਼ ਕੀਤਾ, ਭਾਵੇਂ UNSC ਦੇ ਵਿੱਚ ਪਹਿਲੀ ਕੋਸ਼ਿਸ਼ ਡਿਫੀਟ ਕਹਿੰਦੇ ਨੇ ਕਿ ਹੋ ਗਈ ਹੈ, ਲੇਕਿਨ ਇਹ ਆਖਰੀ ਨਹੀਂ ਹੈ। ਸ਼ਾਹ ਫੈਸਲ ਨੂੰ ਇਹਨਾਂ ਨੇ ਰੋਕ ਲਿਆ ਕਿਉਂਕਿ ਉਹ ICJ ਦੇ ਵਿੱਚ ਜਾ ਰਿਹਾ ਸੀਗਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਮਾਮਲਾ ਉਹ ਨਹੀਂ ਲਿਜਾਏਗਾ, ਕੋਈ ਲੈ ਜਾਏਗਾ, ਇਹ ਮਾਮਲਾ ਜਿਹੜਾ ਹੈਗਾ ਇਸ ਨੂੰ ਇੰਟਰਨੈਸ਼ਨਲ ਪਲੇਅਰਸ ਵਾਸਤੇ ਇਸ ਮੈਦਾਨ ਨੂੰ ਖੋਲ੍ਹ ਦੇਣ ਦੀ ਵੀ ਜਿਹੜੀ ਕਵਾਇਦ ਹੈਗੀ ਹੈ ਉਹ ਵੀ ਮੋਦੀ ਸਰਕਾਰ ਨੇ ਕਰ ਦਿੱਤੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਇਸ ਫੈਸਲੇ ਦੀ ਅਸਲੀਅਤ ਸਾਡੇ ਲੋਕਾਂ ਤੱਕ, ਇਹਦੀ ਪਰਸੈਪਸ਼ਨ ਨੂੰ ਤੋੜਨ ਵਾਸਤੇ ਸਾਨੂੰ ਜੇ ਕੋਈ ਹੋ ਸਕੇ ਹੱਥ ਪਰਚੀ ਕੋਈ ਕੱਢੀਏ ਜਿਹਦੇ 'ਚ ਇਹ ਤੱਥਾਂ ਨੂੰ ਆਪਾਂ ਸੰਪੂਰਨ ਤਰੀਕੇ ਨਾਲ ਰੱਖੀਏ, ਜਿਵੇਂ IAS ਸਾਹਿਬ ਦੱਸ ਕੇ ਗਏ ਨੇ, ਬੈਕਗਰਾਊਂਡ ਜਿਹੜੀ ਹੈਗੀ ਹੈ ਉਹ ਵੀ ਜੇ ਹੋ ਸਕੇ ਕੰਸਾਈਸ ਰੂਪ ਦੇ ਵਿੱਚ, ਜ਼ਿਆਦਾ ਲੰਬੀ ਨਾ ਹੋਵੇ ਲੇਕਿਨ ਕੰਸਾਈਸ ਰੂਪ 'ਚ ਉਹ ਵੀ ਥੋੜ੍ਹੀ ਜਿਹੀ ਦੇਈਏ। ਸੋ ਇਸ ਤਰ੍ਹਾਂ ਦੀ ਇੱਕ ਹੱਥ ਪਰਚੀ ਕੋਈ ਛਾਪ ਕੇ ਪਬਲਿਕ ਪਰਸੈਪਸ਼ਨ ਨੂੰ ਭੰਨੀਏ, ਇਸ ਕਿਸਮ ਦੇ ਪ੍ਰੋਗਰਾਮ ਜਿੰਨੇ ਪੰਜਾਬ 'ਚ ਹੋਰ ਕਰ ਸਕੀਏ ਕਰੀਏ। ਜਿੱਥੇ ਜਿਸ ਦਿਨ ਇਹ ਫੈਸਲਾ 5 ਅਗਸਤ ਨੂੰ ਹੋਇਆ ਸੀ, ਅਸੀਂ ਪੰਜਾਬ ਯੂਨੀਵਰਸਿਟੀ ਸੀ ਅਤੇ ਤੁਰੰਤ ਹੀ ਸੀ ਕੁਝ ਸਟੂਡੈਂਟ ਸਾਥੀਆਂ ਦੇ ਨਾਲ ਗੱਲ ਕੀਤੀ ਵੀ ਆਪਾਂ ਇੱਕਦਮ ਇਹਦੇ 'ਤੇ ਪ੍ਰੋਟੈਸਟ ਕਰੀਏ। ਅਸੀਂ 2 ਵਜੇ ਪ੍ਰੋਟੈਸਟ ਕਰਨ ਪਹੁੰਚਦੇ ਹਾਂ, ਸਾਡੇ ਤੋਂ ਪਹਿਲਾਂ ਉੱਥੇ ABVP ਪਹੁੰਚ ਚੁੱਕੀ ਸੀ, ਸਾਡੇ ਨਾਲ ਭੇੜ ਤੱਕ ਟਕਰਾਅ ਤੱਕ ਦੇ ਵਿੱਚ ਉਹ ਗਏ। ਉਸ ਦਿਨ ਉਹਨਾਂ ਇੰਨੇ ਪਾਗਲ ਹੋਏ ਹੋਏ ਸੀ ਜਿਵੇਂ ਭਾਰਤ ਮਾਤਾ ਕੀ ਜੈ ਕਰਨ ਦੇ, ਸਾਨੂੰ ਲੱਗ ਰਿਹਾ ਸੀਗਾ ਵੀ ਤੁਸੀਂ ਪਾਗਲਾਂ ਵਾਂਗੂ ਕਿਉਂ ਬਿਹੇਵ ਕਰ ਰਹੇ ਹੋ, ਉਹ ਫੈਨੇਟਿਕ ਹੋਏ ਪਏ ਸੀ ਪੂਰੀ ਤਰ੍ਹਾਂ। ਸੋ ਇਸ ਕਿਸਮ ਦਾ ਫਰੈਂਜ਼ੀ ਜਿਹੜੀ ਹੈਗੀ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਪੈਦਾ ਕੀਤੀ ਹੈ। ਸੋ ਅਸੀਂ ਉਦੋਂ ਵੀ ਵਿਰੋਧ ਕੀਤਾ, ਅਗਲੇ ਦਿਨ ਹੀ ਸ਼ਾਇਦ ਇੱਕ ਦਿਨ ਛੱਡ ਕੇ ਆਪਾਂ 17 ਸੈਕਟਰ 'ਚ ਵੀ ਫਿਰ ਇਕੱਠੇ ਹੋਏ, ਡਾਕਟਰ ਸਾਹਿਬ ਵੀ ਨਾਲ ਸੀਗੇ ਉਸ ਦਿਨ, ਅਤੇ 17 'ਚ ਵੀ ਅਸੀਂ ਸੇਮ ਪ੍ਰੋਟੈਸਟ ਇਮੀਡੀਏਟ ਕੀਤਾ। ਅਤੇ ਮੈਨੂੰ ਲੱਗਦਾ ਹੁਣ ਪ੍ਰੋਟੈਸਟ ਵਾਲਾ ਦੀ ਬਜਾਏ ਥੋੜ੍ਹਾ ਸੈਮੀਨਾਰ ਜਾਂ ਕਨਵੈਨਸ਼ਨ, ਜਿੱਥੇ ਹੋਰ ਜ਼ਿਆਦਾ ਆਪਾਂ ਪਬਲਿਕ ਪਰਸੈਪਸ਼ਨ ਕੁਝ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਗੱਲ ਹੋਰ ਚਰਨਿੰਗ ਹੋ ਸਕੇ ਇਸ ਮਾਮਲੇ ਦੀ। ਅਤੇ ਦੂਜਾ ਜਿਹੜਾ ਮੈਨੂੰ ਸੁਝਾਅ ਜਿਹੜਾ ਉੱਥੇ ਜਾਣ ਵਾਲਾ ਹੈ ਉਹ ਮੈਨੂੰ ਕਾਫੀ ਚੰਗਾ ਸੁਝਾਅ ਲੱਗ ਰਿਹਾ ਹੈ। ਇੱਕ ਮੈਂ ਤੁਹਾਡੇ ਧਿਆਨ 'ਚ ਲਿਆ ਦਾਂ, ਇੱਥੇ ਗੱਲ ਨਹੀਂ ਹੋਈ ਵੀ ਇੱਕ ਡੈਲੀਗੇਸ਼ਨ ਆਲਰੇਡੀ ਗਿਆ ਵੀ ਹੈ, ਜੈਨ ਦਰੇਜ਼ ਅਤੇ ਸਾਡੇ ਪਾਰਟੀ ਦੇ ਵੀ ਕਵਿਤਾ ਕ੍ਰਿਸ਼ਨਨ ਉਹਦੇ 'ਚ ਸੀਗੇ, ਇਹ 4 ਜਾਣੇ ਕਸ਼ਮੀਰ ਗਏ ਨੇ, ਇਹਨਾਂ ਨੇ ਰਿਪੋਰਟ ਰਿਲੀਜ਼ ਵੀ ਕੀਤੀ ਹੈ ਉੱਥੋਂ ਜਾ ਕੇ, ਕਾਫੀ ਡਿਟੇਲਡ ਰਿਪੋਰਟ, ਬੜੀ ਚੰਗੀ ਰਿਪੋਰਟ ਹੈ। ਅਤੇ ਮੈਨੂੰ ਲੱਗਦਾ ਜੇ ਅਸੀਂ ਡੈਲੀਗੇਸ਼ਨ ਲੈ ਕੇ ਜਾਂਦੇ ਹਾਂ, ਸਾਡਾ ਇੱਕ ਮਕਸਦ ਹੋਰ ਵੀ ਹੋ ਸਕਦਾ, ਅਸੀਂ ਗੁਆਂਢੀ ਰਾਜ ਵੀ ਹਾਂ,
ਉਹਨਾਂ ਦਾ ਇੱਕ ਆਪਣਾ ਮਕਸਦ ਵੀ ਹੋਏਗਾ। ਜਦੋਂ ਅਸੀਂ ਪੰਜਾਬ ਤੋਂ ਜਾਵਾਂਗੇ ਅਸੀਂ ਇੱਕ ਗੁਆਂਢੀ ਸੂਬਾ ਵੀ ਹਾਂ, ਅਤੇ ਉਸ ਨਾਤੇ ਵੀ ਅਸੀਂ ਜਿਵੇਂ ਐਸ ਜੀ ਪੀ ਸੀ ਦੇ ਵੀ ਸ਼ਲਾਘਾਯੋਗ ਗੱਲ ਹੈ ਵੀ ਉਹਨਾਂ ਦੇ ਬਿਆਨ ਆਏ ਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ, ਉਸ ਕਿਸਮ ਦਾ ਕੋਈ ਇੱਕ ਮੈਸੇਜ ਪੀਪਲਸ ਮੂਵਮੈਂਟ ਵੱਲੋਂ ਆਮ ਲੋਕਾਂ ਵੱਲੋਂ ਉਹ ਮੈਸੇਜ ਸਾਡਾ ਜਾਏਗਾ। ਦੂਜੀ ਗੱਲ ਮੈਨੂੰ ਲੱਗਦਾ ਵੀ ਸਿਰਫ ਸਾਨੂੰ ਕਿਤੇ ਬਾਰਡਰ ਤੱਕ ਸੀਮਿਤ ਜਾਂ ਗਵਰਨਰ ਤੱਕ ਸੀਮਿਤ ਨਾ ਰਹਿ ਕੇ, ਜਾਂ ਤਾਂ ਜੇ ਮੰਗ ਪੱਤਰ ਦੇ ਕੇ ਮੁੜਨਾ ਫਿਰ ਗਵਰਨਰ ਨੂੰ ਦੇਣ ਦੀ ਬਜਾਏ ਰਾਸ਼ਟਰਪਤੀ ਨੂੰ ਦੇਣ ਦੇ ਵਿੱਚ ਮੈਨੂੰ ਜ਼ਿਆਦਾ ਠੀਕ ਲੱਗਦਾ। ਅਤੇ ਜੇ ਅਸੀਂ ਅੱਗੇ ਤੱਕ ਜਾਣਾ ਤਾਂ ਫਿਰ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਕਸ਼ਮੀਰੀ ਲੀਡਰ ਨੇ ਅਸੀਂ ਉਹਨਾਂ ਨੂੰ ਵੀ ਮਿਲਣ ਦੀ ਜਿਹੜੀ ਹੈਗੀ ਹੈ ਮੰਗ ਕਰੀਏ। ਉਹ ਕੋਈ ਜਾਣ ਦਿੰਦਾ ਨਹੀਂ ਜਾਣ ਦਿੰਦਾ ਉਹ ਅਗਲੀ ਗੱਲ ਹੈ, ਆਪਾਂ ਕੋਸ਼ਿਸ਼ ਕਰੀਏ ਕਿ ਅਸੀਂ ਉੱਥੇ ਜਾਣ ਲਈ ਉਹਨਾਂ ਦੀ ਕੋਸ਼ਿਸ਼ ਕਰੀਏ, ਐਟਲੀਸਟ ਸ਼ਾਹ ਫੈਜ਼ਲ ਵਰਗਿਆਂ ਨੂੰ ਕਿਸੇ ਨੂੰ ਮਿਲ ਕੇ ਆਇਆ ਜਾਵੇ, ਜਾਂ ਗਿਲਾਨੀ ਉਹਨਾਂ ਨੂੰ, ਜਾਂ ਉਮਰ ਮੁਫਤੀ ਸਾਹਿਬ ਨੂੰ, ਜਿਨ੍ਹਾਂ ਨੂੰ ਵੀ ਅਸੀਂ ਮਿਲ ਸਕੀਏ। ਤਾਂ ਉਹ ਮੈਨੂੰ ਲੱਗਦਾ ਵੀ ਇਹਦੇ 'ਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ। ਅਸੀਂ ਉਸ ਡੈਲੀਗੇਸ਼ਨ ਦਾ ਪਾਰਟ ਰਹਿਣ ਲਈ ਬਿਲਕੁਲ ਪੂਰੀ ਤਰ੍ਹਾਂ ਤਿਆਰ ਹਾਂ, ਜਿਵੇਂ ਵੀ ਬਹੁਤ ਬਹੁਤ ਧੰਨਵਾਦ। ਸੱਚਮੁੱਚ ਜਿਉਂ ਜਿਉਂ ਦਵਾ ਕੀ ਮਰਜ਼ ਵਰਤਾ ਗਿਆ ਵਾਲੀ ਬਾਤ ਹੀ ਹੈ। ਹੁਣ ਮੈਂ ਬੇਨਤੀ ਕਰਾਂਗਾ ਐਡਵੋਕੇਟ ਅਮਰ ਸਿੰਘ ਜੀ ਚਾਹਲ, ਉਹ ਸਾਡੇ ਵਿੱਚ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਤੋਂ ਜਦੋਂ ਦੀ ਹੋਸ ਸੰਭਾਲੀ ਹੈ ਉਦੋਂ ਸੰਕਟ ਵੱਧਦਾ ਹੀ ਵੱਧਦਾ ਦੇਖਿਆ ਹੈ। ਕਿਤੇ ਇਸ ਤਰ੍ਹਾਂ ਦੀ ਹਵਾ ਨਹੀਂ ਆਈ ਜਿਹੜੀ ਠੰਡੀ ਹੋਵੇ, ਚਾਹੇ ਲੋਕਾਂ ਦੇ ਸੁੱਖ ਦੀ ਵੇਖੀ ਹੋਵੇ। ਪੰਜਾਬ ਦਾ ਸੰਤਾਪ, ਚਾਹੇ ਕਸ਼ਮੀਰ ਦਾ ਸੰਤਾਪ, ਇਹਦੇ ਵਿੱਚ ਜਦੋਂ ਅਸੀਂ ਹਿਊਮਨ ਰਾਈਟਸ ਦੀ ਮੀਟ ਕਰਦੇ ਸੀ ਤਾਂ ਕਸ਼ਮੀਰ ਦੇ ਕੁਝ ਵਕੀਲ ਸਾਹਿਬਾਨ ਸਾਡੇ ਨਾਲ ਸਹਿਯੋਗ ਦਿੰਦੇ ਸੀ, ਭਾਵੇਂ ਅਸੀਂ ਦਿੱਲੀ ਜਾਂਦੇ ਸੀ ਚਾਹੇ ਐਮਨੈਸਟੀ ਇੰਟਰਨੈਸ਼ਨਲ ਕੋਲ ਜਾਂਦੇ ਸੀ। ਤਾਂ ਉਹਨਾਂ 'ਚੋਂ ਇੱਕ ਸੱਜਣ ਇਹ ਕਹਿੰਦੇ ਹੁੰਦੇ ਸੀ, ਸਾਡੀ ਕੈਸੀ ਕਿਸਮਤ ਹੈ ਕਿ ਪਹਿਲੇ ਸਾਨੂੰ ਇੱਕ ਗੁਲਾਬ ਸਿੰਘ ਦੇ ਨਾਮ ਦੇ ਸੱਜਣ ਨੇ ਸਾਨੂੰ 75 ਲੱਖ ਰੁਪਈਆਂ 'ਚ ਵੇਚ ਦਿੱਤਾ, ਅਤੇ ਉਸ ਤੋਂ ਬਾਅਦ ਸਾਡੀ ਕਿਸਮਤ ਇਸ ਮੁਲਕ ਨਾਲ ਪੈ ਗਈ। ਇਹਦੇ 'ਚ ਸਾਨੂੰ ਇੱਕ ਉਹਦੇ ਵਾਰਸ ਨੇ ਵੇਚ ਦਿੱਤਾ ਵੀ ਤੁਸੀਂ ਇੰਡੀਆ ਨਾਲ ਭੱਜ ਜਾਓ। ਇਹ ਗੱਲ ਪੰਜਾਬ ਦੇ ਨਾਲ ਵਾਅਦੇ ਕੀਤੇ ਗਏ ਜਾਂ ਪੰਜਾਬ ਦੇ ਆਗੂਆਂ ਨਾਲ ਵਾਅਦੇ ਕੀਤੇ ਗਏ ਆਜ਼ਾਦੀ ਤੋਂ ਪਹਿਲੇ। ਉਸੇ ਤਰ੍ਹਾਂ ਦਾ ਵਾਅਦਾ ਇੱਕ ਕਸ਼ਮੀਰੀਆਂ ਨਾਲ ਹੋ ਗਿਆ, ਉਹਨਾਂ ਦਾ ਲਿਖਤੀ ਰੂਪ 'ਚ ਆ ਗਿਆ, ਸਾਡੇ ਨਾਲ ਅਖਬਾਰੀ ਆ ਗਏ, ਚਾਹੇ ਉੱਦਾਂ ਹੀ ਜਿਹੜੀਆਂ ਗੱਲਾਂ ਬਾਤਾਂ ਨਾਲ ਹੀ ਗੱਲ ਬਣ ਗਈ। ਇਹ ਗੱਲ ਰਿਕਾਰਡਡ ਆਉਂਦੀ ਹੈ ਵੀ ਜਦੋਂ ਸਿੱਖ ਲੀਡਰ ਨਹਿਰੂ ਨੂੰ ਚਾਹੇ ਪਟੇਲ ਨੂੰ ਮਿਲਦੇ ਰਹੇ ਨੇ ਵੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਅਤੇ ਉਹਨਾਂ ਨੂੰ ਪੂਰੇ ਕਰੋ। ਅਤੇ ਨਹਿਰੂ ਨੇ ਬੜਾ ਜਾਂ ਪਟੇਲ ਨੇ ਜੋ ਜਵਾਬ ਦਿੱਤਾ, ਅਸੀਂ ਰੋਜ਼ ਹੀ ਕੋਟ ਕਰਦੇ ਹਾਂ ਕਿ ਸਮਾਂ ਬਦਲ ਗਿਆ ਹੈ। ਇਸੇ ਤਰ੍ਹਾਂ ਉਹਨਾਂ ਨੇ ਇਹ ਗੱਲ ਕੀਤੀ ਵੀ ਤੁਸੀਂ ਜੰਮੂ ਕਸ਼ਮੀਰ ਨੂੰ ਇੱਕ ਅਲੱਗਾ ਸਟੇਟਸ ਦੇ ਦਿੱਤਾ, ਉਹਦੇ ਲਈ ਇੱਕ ਧਾਰਾ ਵੀ ਮਿਥਲੀ ਹੈ। ਅਤੇ ਤੁਸੀਂ ਉਹਨਾਂ ਨਾਲ ਜਦੋਂ ਇਸ ਤਰ੍ਹਾਂ ਦਾ ਵਰਤਾਓ ਕੀਤਾ, ਸਾਨੂੰ ਵੀ ਕੁਝ ਦੇਣਾ ਚਾਹੀਦਾ।
ਔਰ ਉਦੋਂ ਤੋਂ ਹੀ ਇਹ ਲੀਡਰਾਂ ਨੇ ਸਟੈਂਡ ਲੈਣਾ ਸ਼ੁਰੂ ਕਰ ਦਿੱਤਾ। ਇਹ ਨਹਿਰੂ ਦੇ ਲਫ਼ਜ਼ ਰਿਕਾਰਡਡ ਹਿਸਟਰੀ 'ਚ ਹੈ ਕਿ ਤੁਸੀਂ ਸਮਾਂ ਦੱਸੇਗਾ ਵੀ ਅਸੀਂ ਉਹਨਾਂ ਨੂੰ ਕੁਝ ਦਿੱਤਾ ਕਿ ਨਹੀਂ ਦਿੱਤਾ। ਇਹ ਅਸੀਂ ਵਾਅਦੇ ਹੀ ਕਰਨੇ ਹਾਂ, ਦੇਣਾ ਅਸੀਂ ਕਿਸੇ ਨੂੰ ਕੁਛ ਨਹੀਂ। ਔਰ ਸਾਡੇ ਸਾਹਮਣੇ ਸਾਰਿਆਂ ਦੇ ਆ ਗਿਆ ਵੀ ਇਹ ਵਾਅਦੇ ਸਾਰਿਆਂ ਨੇ ਕਰਦੇ ਆ, ਦਿੰਦੇ ਕਿਸੇ ਨੂੰ ਕੁਛ ਨਹੀਂ ਹੈਗੇ। ਅਸੀਂ ਸਾਰੇ ਹੀ ਕੌਨਸਟੀਟਿਊਸ਼ਨ ਬਾਰੇ ਪੜ੍ਹਦੇ ਰਹੇ ਹਾਂ। ਇਹ ਗੱਲ ਬੜੀ ਮਿੱਥ ਕੇ ਸਾਨੂੰ ਦੱਸੀ ਜਾਂਦੀ ਸੀ ਵੀ ਸਾਡਾ ਕੌਨਸਟੀਟਿਊਸ਼ਨ ਸਾਰੀ ਦੁਨੀਆ ਤੋਂ ਅੱਛਾ ਹੈ। ਇਹ ਯੂਨੀਟਰੀਟੀ ਵੀ ਹੈਗਾ ਅਤੇ ਫੈਡਰਲ ਸਿਸਟਮ ਨੂੰ ਪ੍ਰਮੋਟ ਕਰਦਾ। ਦੱਸੋ ਕਿਹੜੀ ਚੀਜ਼ ਨੂੰ ਪ੍ਰਮੋਟ ਕਰਦਾ? ਇਹ ਕਿਸੇ ਚੀਜ਼ ਨੂੰ ਵੀ ਪ੍ਰਮੋਟ ਨਹੀਂ ਕਰਦਾ। ਇਸ ਕਰਕੇ ਸਿਸਟਮ ਜਿਹੜਾ ਹੈ, ਵਿਚਾਰਧਾਰਾ ਭਾਵੇਂ ਉਹ ਕਾਂਗਰਸ ਦੀ ਹੈ ਭਾਵੇਂ BJP ਦੀ ਆ, ਵਿਚਾਰਧਾਰਾ ਲਗਭਗ ਇੱਕੋ ਹੀ ਹੈ। ਇਹਦੇ 'ਚ ਕੋਈ ਦੋ ਰਾਇਆ ਨਹੀਂ। ਮਨੋਰਿਟੀਜ਼ ਕਹਿ ਲਓ, ਘੱਟ ਗਿਣਤੀਆਂ ਕਹਿ ਲਓ, ਉਹਨਾਂ ਦੀ ਇਸ ਮੁਲਕ ਦੇ ਵਿੱਚ ਕੋਈ ਕਦਰ ਨਹੀਂ। ਨਾ ਆਉਣ ਵਾਲਾ ਸਮਾਂ ਕਹਿੰਦਾ ਵੀ ਹੋਏਗੀ। ਆਪਾਂ ਪੰਜਾਬ ਦੀ ਹਿਸਟਰੀ ਲੈ ਲਈਏ, ਐਡੇ ਨਿਰਦਈ ਮੁਸਲਮਾਨ ਸ਼ਾਸਕ ਵੀ ਨਹੀਂ ਸੀ ਜਿਹਨੇ ਸਾਡੇ ਇੱਥੇ ਇੱਕ ਕੌਪ ਦਾ, ਸੁਪਰ ਕੌਪ ਦੀ ਜਿਹੜੀ ਲਕਬਾ ਲਈ ਫਿਰਦਾ ਹੈ, ਉਹ ਸੱਜਣ ਜਿਹਨੂੰ 354 ਥੱਲੇ ਕੈਦ ਹੋਈ ਹੈ ਵੀ ਇੱਕ ਔਰਤ ਦੇ ਨਾਲ ਬਦਫੈਲੀ ਕੀਤੀ, ਤੂੰ ਉਹਨੂੰ ਇਸ ਮੁਲਕ ਦੇ ਵਿੱਚ ਅਸਮਾਨ 'ਤੇ ਚੜ੍ਹਾਇਆ ਜਾਵੇ। ਔਰ ਅਸੀਂ 8 ਜਦੋਂ ਉਸ ਕੌਪ ਦਾ ਟਰਾਇਲ ਕਰਦੇ ਰਹੇ ਹਾਂ, ਉਹਦੇ ਨਾਲ ਦਾ ਬੁਜ਼ਦਲ ਮੈਂ ਆਦਮੀ ਕਦੀ ਦੁਨੀਆ 'ਤੇ ਦੇਖਿਆ ਜੀ। 8 ਦੇ ਟਰਾਇਲ 'ਚ ਉਹ ਆਦਮੀ ਇੱਕ ਸ਼ਬਦ ਨਹੀਂ ਸੀ ਬੋਲ ਸਕਿਆ ਸਾਡੇ ਅੱਗੇ ਟਰਾਇਲ ਦੇ ਵਿੱਚ। ਸੋ ਇਸ ਤਰ੍ਹਾਂ ਦੇ ਆਦਮੀ ਸਾਡੇ ਖਿਲਾਫ਼ ਵਰਤੇ ਗਏ ਨੇ ਵੀ ਇਨਸਾਨੀਅਤ ਦੀ ਉਹਨਾਂ ਨੇ ਘਾਟ ਜਿਹੜੀ ਹੈ ਨਾ, ਬੜੀ ਵੱਡੀ ਬੇਕਦਰੀ ਕੀਤੀ ਹੈ। ਇਹਦਾ ਮਤਲਬ ਇਸ ਮੁਲਕ ਦੇ ਵਿੱਚ ਉਸ ਆਦਮੀ ਨੂੰ ਪ੍ਰਮੋਟ ਕੀਤਾ ਜਾਂਦਾ ਜਿਹੜਾ ਇਨਸਾਨੀਅਤ ਤੋਂ ਗਿਰਿਆ ਹੈਗਾ। ਆਪਾਂ ਇੱਕ ਪਾਂਡਵਾਂ ਦੀ ਗੱਲ ਸੁਣਦੇ ਹਾਂ ਵੀ ਉਹਨਾਂ ਨੇ ਜੀ ਔਰਤ ਦੀ ਉੱਥੇ ਬੇਪਤੀ ਕੀਤੀ। ਆਪਾਂ ਹੁਣ ਨਹੀਂ ਦੇਖਦੇ ਫੋਟੋਆਂ 'ਚ, ਉਸ ਤਰ੍ਹਾਂ ਦੀ ਮਾਨਸਿਕਤਾ ਅਜੇ ਵੀ ਹੈਗੀ ਆ ਵੀ ਇੱਕ ਔਰਤ ਖਲੋਤੀ ਹੈ, ਉਹਨੇ ਕਾਲੇ ਕੱਪੜੇ ਪਾਏ ਨੇ ਅਤੇ ਉਹਦੇ ਮਗਰ 5-7 ਗੁੰਡੇ ਲੱਗੇ ਨੇ, ਕੋਈ ਉਹਦਾ ਘੁੰਡ ਖਿੱਚ ਰਿਹਾ ਹੈ, ਕੋਈ ਉਹਨੂੰ ਟੀਜ਼ ਕਰ ਰਿਹਾ ਹੈ, ਕੋਈ ਉਹਨੂੰ ਇੱਧਰੋਂ ਭਜਾ ਕੇ ਲੈ ਜਾਂਦਾ, ਕੋਈ ਉੱਧਰੋਂ ਭਜਾ ਕੇ ਲੈ ਜਾਂਦਾ। ਇਸ ਤੋਂ ਵੱਡੀ ਗਿਰਾਵਟ ਹੋਰ ਕੀ ਆ ਸਕਦੀ ਹੈ? ਮੇਰੇ ਖਿਆਲ ਇਸ ਮੁਲਕ ਦੇ ਵਿੱਚ ਜੇ ਕੋਈ, ਪਹਿਲੇ ਤਾਂ ਗੱਲ ਸਾਡੀ ਹੁਣ ਜਿਸ ਤਰ੍ਹਾਂ ਹੈ ਵੀ ਸਾਡਾ ਇੱਕ ਅਕਾਲੀ ਦਲ ਸੀ, ਉਹਨੇ ਫੈਡਰਲ ਸਿਸਟਮ ਦੀ ਗੱਲ ਕੀਤੀ, ਜੇ BJP ਉਹਨਾਂ ਨੂੰ ਜਿੱਤ ਕੇ ਉਹਨਾਂ ਦੀਆਂ ਸਾਰੀਆਂ ਕੀਮਤਾਂ ਕਦਰਾਂ ਜਿਹੜੀਆਂ ਮਿੱਟੀ 'ਚ ਮਿਲਾ ਸਕਦੀ ਹੈ, ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਇਸ ਕੰਟਰੀ? ਕੋਈ ਇਸ ਤਰ੍ਹਾਂ ਦਾ ਕੰਟਰੀ 'ਚ ਮਾਹੌਲ ਪੈਦਾ ਕੀਤਾ ਜਾ ਸਕਦਾ ਜਿੱਥੇ ਅਸੀਂ ਕਹੀਏ ਇੱਕ ਫੈਡਰਲ ਪਾਰਟੀ ਆਫ ਇੰਡੀਆ ਫਲੋਟ ਕਰ ਲਓ, ਜਿਹੜੀ ਇਹ ਸਟੇਟਾਂ ਨੂੰ ਹੋਕਾ ਦੇਵੇ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਹੈ ਫੈਡਰਲ ਸਿਸਟਮ 'ਤੇ ਆਣ ਕੇ, ਅਸੀਂ 4 ਮਹਿਕਮਿਆਂ ਤੋਂ ਸਿਵਾਏ ਬਾਕੀ ਸਾਰੇ ਮਹਿਕਮੇ ਤੁਹਾਡੇ ਹੋਣਗੇ, ਤੁਸੀਂ ਐਜ਼ ਪਰ ਯੂਅਰ ਰੀਜਨਲ ਐਸਪੀਰੇਸ਼ਨ ਤੁਸੀਂ ਆਪਣਾ ਰੂਲ ਕਰੋਗੇ, ਤੁਸੀਂ ਆਪ। ਇੱਕ ਗੱਲ ਬੜੀ ਦੁਖਦਾਈ
ਵਾਰ ਵਾਰ ਆਉਂਦੀ ਹੈ, ਉਹ ਭਾਵੇਂ ਦੋ ਤਿੰਨ ਵਾਰੀ ਹੋ ਚੁੱਕੀ ਹੈ, ਲੇਕਿਨ ਉਹਨੂੰ ਕੀਤੇ ਬਗੈਰ ਮਨ ਮੰਨਦਾ ਨਹੀਂ। ਉਹ ਜਿਸ ਦੇਸ਼ ਦੇ ਵਿੱਚ ਤੁਸੀਂ ਦੁਹਾਈ ਪਾਉਂਦੇ ਹੋ ਕਿ ਦਰੋਪਦੀ ਨੂੰ ਭਰੀ ਸਭਾ ਦੇ ਵਿੱਚ ਨਗਨ ਕੀਤਾ ਗਿਆ ਅਤੇ ਪਾਂਡੋ ਬੈਠੇ ਵੇਖਦੇ ਰਹੇ, ਅੱਜ ਉਹ ਪਾਂਡੋ ਆਪਣੇ ਦੇਸ਼ ਦੀਆਂ ਧੀਆਂ ਨੂੰ ਨਹੀਂ ਨਗਨ ਕਰ ਰਹੇ। ਜਿਸ ਵੇਲੇ ਤੁਸੀਂ ਉਹਨਾਂ ਧੀਆਂ ਦੇ ਬਾਰੇ ਰੋਜ਼ ਕਹਿੰਦੇ ਹੋ ਕਿ ਉਹਨਾਂ ਨੂੰ ਵਿਆਹ ਕੇ ਲਿਆਵਾਂਗੇ, ਉੱਥੇ ਜਾ ਕੇ ਉਹਨਾਂ ਨੂੰ ਇੱਥੇ ਤੇ ਜਾ ਕੇ ਜਿਹੜੇ ਉਹਨਾਂ ਨਾਲ ਵਿਆਹ ਕਰਾਉਣਗੇ, ਤੁਸੀਂ ਉਹਨਾਂ ਦੀ ਜਿਹੜੀ ਬੇਪਤੀ ਕਰ ਰਹੇ ਹੋ, ਉਹ ਕਿਸੇ ਦੀਆਂ ਧੀਆਂ ਨਹੀਂ, ਉਹ ਕਿਸੇ ਦੀਆਂ ਭੈਣਾਂ ਨਹੀਂ। ਇਤਨੀ ਜ਼ਲਾਲਤ! ਇੱਕ ਸੀਐਮ ਦੇ ਲੈਵਲ ਦਾ ਬੰਦਾ, ਖੱਟਰ ਦੇ ਲੈਵਲ ਦਾ ਬੰਦਾ ਜਿਸ ਵੇਲੇ ਸਟੇਜ 'ਤੇ ਖਲੋ ਕੇ ਇਹ ਗੱਲ ਕਹਿੰਦਾ, ਲਾਹਨਤ ਹੈ ਸੀ ਸੰਸਥਾ ਨੂੰ, ਲਾਹਨਤ ਹੈ ਸੀ ਸੋਚ ਨੂੰ, ਜਿਹੜੇ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਕਰ ਸਕਦੇ, ਉਹ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ। ਔਰ ਮੈਂ ਇੱਕ ਗੱਲ ਤੁਹਾਨੂੰ ਕਹਾਂ, ਮੈਂ ਹੁਣੇ ਕਿਹਾ ਸੀ ਇਹ ਹਿੰਦੂਵਾਦ ਨਹੀਂ ਚੱਲ ਰਿਹਾ, ਬ੍ਰਹਮਣਵਾਦ ਚੱਲ ਰਿਹਾ। ਔਰ ਬ੍ਰਹਮਵਾਦ ਦੀ ਜਿਹੜੀ ਵਿਚਾਰਧਾਰਾ ਉਹ ਤਾਂ ਹੈ ਢੋਰ ਗੁਆਰ ਸ਼ੂਦਰ ਪਸੁਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਔਰਤ ਫਿਰ ਭਾਵੇਂ ਹਿੰਦੂ ਕੌਮ ਦੀ ਹੋਵੇ, ਬ੍ਰਾਹਮਣ ਦੀ ਹੋਵੇ ਅਤੇ ਭਾਵੇਂ ਕਸ਼ਮੀਰ ਦੀ ਹੋਵੇ, ਉਹਦੀ ਇੱਜ਼ਤ ਇਸ ਦੇਸ਼ ਦੇ ਵਿੱਚ ਇਸ ਸਿਸਟਮ ਦੇ ਵਿੱਚ ਸੁਰੱਖਿਅਤ ਨਹੀਂ ਹੋ ਸਕਦੀ। ਗੱਲ ਬੜੀ ਸਿੱਧੀ ਜਿਹੀ ਹੈ। ਇੱਕ ਹੋਰ ਗੱਲ ਚੰਚਲ ਮਨੋਹਰ ਸਿੰਘ ਜੀ ਨੇ ਕਹੀ ਸੀ, ਬੜੀ ਲਾਜਵਾਬ ਗੱਲ ਸੀ। ਜਿਸ ਵੇਲੇ ਆ ਪਿਛਲਾ ਇਲੈਕਸ਼ਨ ਹੋਇਆ, ਬੀਜੇਪੀ ਨੇ ਆਪਣਾ ਪੂਰੀ ਤਰ੍ਹਾਂ ਹਿੰਦੂ ਚਿਹਰਾ ਜਿਹੜਾ ਇਹਨਾਂ ਨੂੰ ਸਾਹਮਣੇ ਲਿਆਂਦਾ। ਮੈਂ ਹੁਣੇ ਗੱਲ ਕਰ ਚੁੱਕਾ ਹਿੰਦੂ ਚਿਹਰੇ ਦੀ, ਜਿਸ ਵੇਲੇ ਮੈਂ ਗੱਲ ਕਰਨਾ ਅਸਲ ਦੇ ਵਿੱਚ ਬ੍ਰਾਹਮਣਵਾਦ ਦਾ ਲੁਕਿਆ ਹੋਇਆ ਚਿਹਰਾ ਉਹਦੇ ਪਿੱਛੇ, ਉਹ ਉਹਨਾਂ ਆਪਣਾ ਚਿਹਰਾ ਸਾਹਮਣੇ ਲਿਆਂਦਾ। ਦੇਸ਼ ਦੀ ਟੋਟਲ ਜਨਤਾ ਦੀ ਅਗਰ ਅਸੀਂ ਗੱਲ ਕਰੀਏ ਤਾਂ 36-37% ਨੇ ਬੀਜੇਪੀ ਨੂੰ ਵੋਟ ਪਾਇਆ, 63% ਨੇ ਰਿਜੈਕਟ ਕੀਤਾ, 63% ਨੇ ਰਿਜੈਕਟ ਕੀਤਾ। ਹੁਣ ਉਹਨਾਂ ਨੂੰ ਕਿਹਦੇ ਕੋਲ ਆਸ ਹੋਵੇ? ਜਿਸ ਵੇਲੇ ਕਾਂਗਰਸ ਦੇ ਰਾਜੀਵ ਗਾਂਧੀ ਜਿਹਦੀ ਗੱਲ ਕੀਤੀ ਗਈ ਕਿ ਪਾਰਸੀ ਮਾਂ ਦੀ ਸੰਤਾਨ, ਪਾਰਸੀ ਬਾਪ ਦੀ ਸੰਤਾਨ ਅਤੇ ਕ੍ਰਿਸਚਨ ਔਰਤ ਦੀ ਸੰਤਾਨ, ਉਹ ਜਨੇਊ ਪਾ ਕੇ ਅਤੇ ਆਪਣਾ ਚਿਹਰਾ ਵਿਖਾ ਰਿਹਾ, ਆਹ ਸਾਰਾ ਜਿਹੜਾ ਫੇਸ ਪੇਸ਼ ਕੀਤਾ ਜਾ ਰਿਹਾ। ਮੈਂ ਉਸ ਵੇਲੇ ਮੇਰੇ ਵੀਰ ਨਾਲ ਬੈਠੇ ਨੇ ਰਵਿੰਦਰ ਸਿੰਘ, ਮੈਂ ਇਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਇਹ ਆਪਣੇ ਆਪ ਨੂੰ ਮੋਦੀ ਨਾਲੋਂ ਜ਼ਿਆਦਾ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਇਹ ਕਿਸੇ ਪਾਸੇ ਜੋਗਾ ਨਹੀਂ ਰਹੇਗਾ, ਔਰ ਉਹ ਗੱਲ ਸਾਬਤ ਹੋ ਗਈ। ਜਿਹੜੀ ਹੁਣੇ ਇੱਕ ਗੱਲ ਕੀਤੀ ਸੀ ਚਾਲ ਸਾਹਿਬ ਨੇ, ਇੱਕ ਗੱਲ ਦੀ ਬੜੀ ਜ਼ਰੂਰਤ ਹੈ ਅੱਜ ਕਿ ਇੱਕ ਦੇਸ਼ ਦੇ ਵਿੱਚ ਨਵੀਂ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਖੜੀ ਹੋਵੇ, ਉਹਦਾ ਢਾਂਚਾ ਕਿਹੋ ਜਿਹਾ ਹੋਵੇ। ਮੈਂ ਸਿਰਫ ਇੰਨੀ ਗੱਲ ਕਰਕੇ ਆਪਣੀ ਗੱਲ ਖਤਮ ਕਰ ਦਿਆਂਗਾ, ਜਿਹੜੀ ਨਵੀਂ ਪੋਲੀਟੀਕਲ ਪਾਰਟੀ ਹੋਵੇ ਉਹ ਬੇਸਡ ਹੋਵੇ ਖੇਤਰੀ ਪਾਰਟੀਆਂ 'ਤੇ ਆਧਾਰਿਤ, ਹਰ ਸਟੇਟ ਦੀ ਆਪਣੀ ਪਾਰਟੀ ਹੋਵੇ, ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਇੱਕ ਜਿਹੜੀ ਹੈ ਨਾ ਉਹ ਦੇਸ਼ ਭਰ ਦੀ ਪਾਰਟੀ ਹੋਵੇ, ਜਿਹੜੀ ਫੈਡਰਲ ਸਟਰਕਚਰ ਨੂੰ ਜਿਹੜਾ ਸਪੋਰਟ ਕਰੇ। ਆਖਰੀ ਗੱਲ ਕਰਕੇ ਇੱਥੇ ਮੈਂ ਮੰਗਾਂਗਾ, ਅੱਜ ਸਾਡਾ ਇੱਕ ਫਰਜ਼ ਬਣਦਾ, ਅਸੀਂ ਆਵਾਜ਼ ਉਠਾਈ, ਸਤਿਗੁਰੂ ਮਿਹਰ ਕਰੇ ਅਸੀਂ ਇਸ ਤਰ੍ਹਾਂ ਇਕੱਠੇ ਹੋ ਕੇ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੀਏ। ਲੇਕਿਨ ਦੇਸ਼ ਦੇ ਵਿੱਚ ਜਿਹੜੀ ਇਹ ਗਲਤ ਅਫਵਾਹ ਫੈਲਾਈ ਜਾ ਰਹੀ ਹੈ, ਇੱਕ ਇੱਕ ਸੂਬੇ 'ਚ ਜਾ ਕੇ ਉੱਥੇ ਦੀਆਂ ਖੇਤਰੀ ਪਾਰਟੀਆਂ ਨੂੰ ਮਿਲ ਕੇ ਉਹਨਾਂ ਨੂੰ ਇਹ ਦੱਸੀਏ ਕਿ ਭਾਈ ਤੁਹਾਡੇ ਜਿਹੜੇ ਹੱਕ ਨੇ ਖੋਏ ਜਾ ਰਹੇ ਨੇ, ਇੱਕ ਦੇਸ਼ ਦੇ ਨਾਂ ਦੇ ਉੱਤੇ ਤੁਹਾਡਾ ਸੂਬੇ ਦਾ ਅਧਿਕਾਰ ਖੋਇਆ ਜਾ ਰਿਹਾ,
ਜਿਹੜੀਆਂ ਫੈਡਰਲ ਪਾਵਰਸ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਉਹਨਾਂ ਤੋਂ ਤੁਹਾਨੂੰ ਵਾਂਝਾ ਕੀਤਾ ਜਾ ਰਿਹਾ। ਕਿਰਪਾ ਕਰਕੇ ਸਾਰੇ ਦੇਸ਼ ਦੇ ਵਿੱਚ ਰਲ ਕੇ ਇੱਕ ਐਸੀ ਆਵਾਜ਼ ਬੁਲੰਦ ਕਰੀਏ ਕਿ ਸਾਰੇ ਦੇਸ਼ ਦਾ ਇੱਕ ਫੈਡਰਲ ਢਾਂਚਾ ਬਣ ਸਕੇ, ਔਰ ਜਿੰਨੇ ਦੇਸ਼ਾਂ ਦੇ ਵਿੱਚ ਫੈਡਰਲ ਸਿਸਟਮ ਹੈ ਉਹ ਦੇਸ਼ ਇਸ ਭਾਰਤ ਦੇਸ਼ ਨਾਲੋਂ ਕਿਤੇ ਅੱਗੇ ਨੇ। ਭਾਵੇਂ USA ਵੇਖ ਲਓ, ਇੰਗਲੈਂਡ ਵੇਖ ਲਓ, ਕੈਨੇਡਾ ਵੇਖ ਲਓ। ਮੈਂ ਥੋੜ੍ਹੇ ਦਿਨ ਪਹਿਲੇ UAE 'ਚ ਹੋ ਕੇ ਆਇਆ, ਉੱਥੇ ਦੀਆਂ 7 ਸਟੇਟਾਂ ਨੇ, 7 ਸਟੇਟਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਨੇ, ਆਪਣਾ ਆਪਣੇ ਉਹਨਾਂ ਦੀ ਇਕੋਨਮੀ ਹੈ। ਸਿਰਫ 3 ਚੀਜ਼ਾਂ ਉਹਨਾਂ ਦੀਆਂ ਇਕੱਠੀਆਂ ਨੇ, ਕਰੰਸੀ, ਡਿਫੈਂਸ ਅਤੇ ਫੋਰਨ ਅਫੇਅਰਸ, ਬਾਕੀ ਸਾਰਾ ਉਹਨਾਂ ਦੇ ਆਪਣੇ ਆਪਣੇ ਉੱਤੇ ਹੈ। ਉਹ ਇਹਦੇ ਨਾਲੋਂ ਕਿਤੇ ਜ਼ਿਆਦਾ ਅੱਗੇ ਨੇ। ਇਹ ਇੱਕ ਡਰ ਪੈਦਾ ਕੀਤਾ ਜਾ ਰਿਹਾ, ਇਹ ਸੱਚਾਈ ਨਹੀਂ ਹੈ। ਬਸ ਇਤਨੇ ਬਚਨ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ, ਕਿਉਂਕਿ ਧਾਰਾ 370 ਦੀ ਗੱਲ ਜ਼ਿਆਦਾ ਹੋ ਰਹੀ ਹੈ। ਸਾਡੇ ਜਿਹੜਾ ਇਹ ਮੁੱਖ ਮਕਸਦ ਸੀ ਵੀ ਕੌਨਸਟੀਚੂਐਂਟ ਅਸੈਂਬਲੀ ਜਿਹੜੀ ਸੀ JNK ਦੀ ਭੰਗ ਹੋਣ ਤੋਂ ਬਾਅਦ, ਕੀ ਵਿਧਾਨ ਸਭਾ ਨੂੰ ਜਿਹੜਾ ਹੱਕ ਦਿੱਤਾ ਵੀ ਇਹੀ ਕੌਨਸਟੀਚੂਐਂਟ ਅਸੈਂਬਲੀ ਹੋਏਗੀ। ਅਰਜੁਨ ਸ਼ੇਰਨ ਜੀ ਬੜੇ ਐਡਵੋਕੇਟ ਅਤੇ ਇਸ ਦੇ ਬਾਰੇ ਬੜੇ ਮਾਹਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਗੱਲ ਕਰਨ। ਦੋਸਤੋ, ਇਸ ਪਹਿਲੇ ਵੀ ਮੈਂ ਕਈ ਜਗ੍ਹਾ ਧਾਰਾ 370 ਕੇ ਬਾਰੇ ਮੈਂ ਬਾਤ ਕਰ ਚੁੱਕਾ ਹੂੰ, ਪਰ ਜਬ ਵੀ ਬਾਤ ਕਰਤਾ ਹੂੰ ਮੁਝੇ ਆਪਣੇ ਆਪ ਮੇਂ ਮੇਰੇ ਮੇਂ ਇੱਕ ਸੋਚ ਆਤੀ ਕਿ ਮੈਂ ਇਸਕੀ ਬਾਤ ਕਿਉਂ ਕਰ ਰਹਾ ਹੂੰ। ਯਹਾਂ ਹਮ ਜੋ ਬੈਠੇ ਹੈ ਕੁਛ ਲੋਕ, ਹਮ ਬਹੁਤ ਲੱਕੀ ਹੈ ਕਿਉਂਕਿ ਬਾਕੀ ਸ਼ਹਿਰੋਂ ਮੇਂ, ਭੋਪਾਲ ਮੇਂ, ਲਖਨਊ ਮੇਂ ਆਪ ਲੋਗੋਂ ਕੋ ਹਾਊਸ ਅਰੈਸਟ ਕਰ ਲਿਆ ਗਿਆ ਹੋ ਤਬ ਤੱਕ, ਔਰ ਯੇ ਮੀਟਿੰਗ ਹੀ ਨਾ ਹੋਣੇ ਦੀ ਗਈ ਹੋਤੀ। ਹਮ ਲੱਕੀ ਹੈ ਕਿ ਹਮ ਪੰਜਾਬ ਮੇਂ ਬੈਠੇ ਹੈ ਔਰ ਪੰਜਾਬ ਮੇਂ ਬਾਤ ਰੱਖ ਪਾ ਰਹੇ ਹੈ। ਇਸ ਪਾਰਟੀ ਨੇ, ਭਾਜਪਾ ਨੇ, NDA ਨੇ, ਇਸ ਬ੍ਰਾਹਮਣਵਾਦੀ ਸੋਚ ਨੇ ਅੰਗਰੇਜ਼ੋਂ ਸੇ ਬਹੁਤ ਬੜੀਆ ਚੀਜ਼ੇ ਸੀਖੀ ਹੈ। ਯੇ ਉਹਨੇ ਜ਼ਰੂਰ ਸਿੱਖਾ ਹੈ ਕਿ ਜਬ ਕਿਸੀ ਕੋ ਅਰੈਸਟ ਕਰਨਾ ਹੈ ਤੋ ਇੱਕ ਐਸੇ ਐਕਟ ਕੇ ਤਹਿਤ ਕਰੇ ਜੋ ਜਨਤਾ ਕੋ ਅੱਛਾ ਲਗੇ। ਤੋ ਜੋ ਸ਼ਾਹ ਫੈਜ਼ਲ ਔਰ ਮਹਿਬੂਬਾ ਮੁਫਤੀ ਸਭ ਕੋ ਅਰੈਸਟ ਕੀਆ ਗਿਆ, ਡਿਟੇਨ ਕੀਆ ਗਿਆ, ਉਹ ਪਬਲਿਕ ਸੇਫਟੀ ਐਕਟ ਕੇ ਅੰਦਰ ਕੀਆ ਗਿਆ ਕਿ ਤੋ ਕੋਈ ਇਹ ਤੋ ਕਹੇਗਾ ਨਹੀਂ ਕਿ ਪਬਲਿਕ ਕੋ ਸੇਫਟੀ ਨਹੀਂ ਹੋਣੀ ਚਾਹੀਏ, ਤੋ ਪਬਲਿਕ ਸੇਫਟੀ ਐਕਟ ਮੇਂ ਉਨਕੋ ਅਰੈਸਟ ਕਰ ਲਿਆ ਗਿਆ। ਜਬ ਅੰਗਰੇਜ਼ੋ ਨੇ ਮੁਗਲ ਸਮਰਾਟ ਸੇ, ਸਿਰਾਜੁਦੌਲਾ ਸ਼ਾਹ ਉਨਕਾ ਨਾਮ ਥਾ, ਉਨਸੇ ਜਬ ਬੰਗਾਲ ਵਗੈਰਾ ਕੀ ਰੈਵਨਿਊ ਐਸਟੇਟ ਛੀਨੀ ਥੀ, ਤੋ ਮੁਗਲ ਸਮਰਾਟ ਜਬ ਨੇ ਜਬ ਉਨਕੋ ਵੋ ਐਸਟੇਟ ਦੀ ਤੋ ਉਸਮੇਂ ਵੀ ਲਿਖਾ ਗਿਆ ਥਾ ਕਿ ਇਹ ਜੋ ਕੰਪਨੀ ਹੈ ਯੇ ਹਮਾਰੇ ਨੌਕਰ ਹੈ, ਆਰ ਲੋਇਲ ਸਰਵੈਂਟਸ। ਉਸੀ ਤਰ੍ਹਾਂ ਆਜ ਨਰਿੰਦਰ ਮੋਦੀ ਜੀ ਔਰ ਬਾਕੀ ਉਨਕੇ ਸਾਥੀ ਇਹੀ ਕਹਤੇ ਹੈ ਕਿ ਹਮੇਂ ਕਸ਼ਮੀਰੀਓਂ ਸੇ ਬਹੁਤ ਪਿਆਰ ਹੈ, ਕਸ਼ਮੀਰ ਕੇ ਜੋ ਨੌਜਵਾਨ ਹੈ ਹਮ ਉਨਕੇ ਲਈ ਕੁਛ ਕਰਨਾ ਚਾਹਤੇ ਹੈ। ਤੋ ਜੋ ਭਾਸ਼ਾ ਹੈ ਵੋ ਵਹੀ ਹੈ। ਬ੍ਰਿਟਿਸ਼ ਪਾਰਲੀਮੈਂਟ ਵੀ ਕਭੀ ਇਹ ਨਹੀਂ ਕਹਤੀ ਥੀ ਕਿ ਹਮਨੇ ਭਾਰਤ ਪੇ ਕਬਜ਼ਾ ਕੀਆ ਹੈ, ਵੋ ਹਮੇਸ਼ਾ ਭਾਰਤ ਕੇ ਵੈਲਫੇਅਰ ਕੇ ਲੀਏ ਕਾਮ ਕਰਤੀ ਥੀ, ਟੂ ਸਿਵਿਲਾਈਜ਼ ਦੀ ਅਨਸਿਵਿਲਾਈਜ਼ਡ। ਤੋ ਇਨ ਲੋਗੋਂ ਨੇ ਵੀ ਉਸੀ ਚੀਜ਼ ਕੋ ਕਾਇਮ ਰੱਖਾ ਹੈ। ਔਰ ਜੋ ਆਖਰੀ ਲੈਸਨ ਇਹਨਾਂ ਨੇ ਸਿੱਖਾ ਵੋ ਯੇ ਹੈ, ਡਿਵਾਈਡ ਐਂਡ ਰੂਲ ਪਾਲਿਸੀ ਕੀ ਹਮ ਬਾਤ ਕਰਤੇ ਬ੍ਰਿਟਿਸ਼ ਕੀ, ਇੰਦਰਾ ਗਾਂਧੀ ਜੀ ਕੀ ਕਈ ਗਲਤੀਓਂ ਮੇਂ ਸੇ ਇੱਕ ਐਮਰਜੈਂਸੀ ਬੜੀ ਗਲਤੀ ਮਾਨੀ ਜਾਤੀ ਹੈ, ਉਸਮੇਂ ਵੀ ਬੜੀ ਗਲਤੀ ਯੇ ਥੀ ਕਿ ਐਮਰਜੈਂਸੀ ਪੂਰੇ ਦੇਸ਼ ਮੇਂ ਲਗਾਈ ਗਈ ਥੀ। ਅਬ ਇਹਨਾਂ ਨੇ ਐਮਰਜੈਂਸੀ ਕੰਪਾਰਟਮੈਂਟਲਾਈਜ਼ ਕਰ ਦੀ ਹੈ, ਕਭੀ ਇੱਕ ਸ਼ਹਿਰ ਮੇਂ ਲਗਾਤੇ ਹੈ, ਕਭੀ ਕੁਛ ਡਿਸਟ੍ਰਿਕਟ ਮੇਂ ਲਗਾਤੇ ਹੈ, ਯਹਾਂ ਪਰ ਇੱਕ ਸ਼ਹਿਰ ਇੱਕ ਸਟੇਟ ਕੇ ਇੱਕ ਹਿੱਸੇ ਮੇਂ ਲਗਾ ਦਿਆ, ਔਰ ਹਮ ਸਭ ਖੁਸ਼ ਹੈ ਕਿਉਂਕਿ ਹਮੇਂ ਲਗਤਾ ਹੈ ਹਮ ਪੇ ਤੋਂ ਨਹੀਂ। ਆਪ ਯਾਦ ਰੱਖੀਏ ਕਿ ਜਿਸਕੋ ਹਮ ਬਾਰ ਬਾਰ ਕਰਫਿਊ ਕਹਿ ਰਹੇ ਹੈ ਆਜ ਕੇ ਦਿਨ ਕਸ਼ਮੀਰ ਮੇਂ, ਉਹ ਕਰਫਿਊ ਨਹੀਂ ਹੈ ਆਫੀਸ਼ੀਅਲੀ, ਧਾਰਾ 144 ਲਗੀ ਹੋਈ ਹੈ। ਵੋ ਸੇਮ ਧਾਰਾ ਸੇਮ ਵਰਡਿੰਗ ਕੇ ਸਾਥ ਆਜ ਕੇ ਦਿਨ ਜਹਾਂ ਬੈਠੇ ਹੈ ਚੰਡੀਗੜ੍ਹ ਮੇਂ ਵੀ ਕਾਬਿਜ਼ ਹੈ।
तो ये मीटिंग ऑफिशियली इलीगल है। आप जो डिनर टेबल में बैठते हैं पांच लोग, वो भी इलीगल है स्टेट की आंखों में। तो स्टेट यहाँ आके आप सबको उठा के ले जा सकती है, और अगर आप रेजिस्ट करते हैं 6 महीने तक की सजा हो सकती है। तो स्टेट ने ऑलरेडी वो स्ट्रक्चर इकट्ठ किया हुआ है, और उसका कहीं वो गुजरात में इस्तेमाल करती है, और कश्मीर तो बहुत बड़ी फैक्ट्री बन ही गया है। तो मेरे वो दोस्त जिन्होंने सेलिब्रेट किया, जिन्होंने इसको एक बहुत बड़ा टैक्टिकल गेन माना सेंटर के लिए, मैं उनसे कई बार पूछता हूँ क्या तुम समझ रहे हो क्या हो रहा है। पहले उन्होंने तुमसे GST के तरीके से सारी फाइनेंशियल अटोनमी ले ली, फिर NIA बिल से पुलिस की पावर अपने पास ले ली है। अब हम में से किसी को भी टेररिस्ट डिक्लेयर करके बिना ट्रायल के लिस्ट में डाल सकते हैं, और अब फाइनली वो ये कर रहे हैं कि आप स्टेट ही नहीं रहे, इसके लिए एक ही दिन में बिल पास भी होगा, दूसरे तीसरे दिन में प्रेसिडेंट असेंट भी दे देगा, और सुप्रीम कोर्ट इतने कंट्रोल में है कि वो पिटिशन को सुन नहीं रहा है। मैं वकील हूँ इसलिए इसकी बात कर रहा हूँ कि जिस कॉन्स्टिट्यूशन, जिस सुप्रीम कोर्ट की हम बात करते रहे, हिमाकत करते रहे, वो हमें कैसे फेल करता है, सिर्फ टेक्निकलिटीज़ पे। दो बार पिटिशन लग चुकी हैं, कश्मीर के आवाम के लोगों ने दो बार पिटिशन डाली, परसों उसकी हियरिंग हुई थी, उससे 2-4 दिन पहले हुई थी, और वही भाषा जो इमरजेंसी के वक्त होती थी। इमरजेंसी में भी वो लोग कहते थे दे हैड डायमंड सॉलिड होप कि कुछ नहीं होगा, बड़ी अच्छी तरह डिटेन किया जा रहा है। अब ये लोग और आगे बढ़ गए हैं, अब ये कहते हैं आपकी पिटिशन में थोड़ी दिक्कत है, आप अगले हफ्ते लगाइए। तो एक हफ्ता, दो हफ्ता, मैं आप लोगों को ये बता दूं कि 2016 नवंबर 8 को डीमोनेटाइजेशन अनाउंस की गई थी, आज तक उसके कुछ 2-3 दिन में उसके केसेस डल चुके थे, आज तक उनका फैसला नहीं आया। तो अगर ये 370 की धारा पर UT बनाने के स्टेटस पर अगले 3 साल 4 साल 5 साल भी केस चलता रहेगा, तो आप उनको फोर्स नहीं कर सकते। और ये लोग यही कहेंगे कि ये मामला कोर्ट में है। मेरे से पहले कुछ स्पीकर्स ने कहा कि 370 अगर ख़त्म हो जाती है तो ये भारत की एनेक्सेशन मानी जाएगी। मैं इसे एक और स्टेप आगे जाता हूँ, ये एक बड़ी कॉन्स्टिट्यूशनल सी अंडरस्टैंडिंग है और मैं इसके साथ हूँ, पर लोग ये मानते हैं कि 370 के बावजूद भी जो पिछले 30-40 सालों में स्पेशली, और उससे पहले भी जो हो रहा था, 30-40 सालों में जो भारत देश ने किया कश्मीर में, वो एनेक्सेशन से कम नहीं था। जब आप एक स्टेट के सबसे पॉपुलर लीडर्स को हटा के 1953 में अपने दोस्त को नेहरू ने जब हटाया, जिसको लीडर ऑफ, सर किसी ने कहा था लीडर ऑफ द मुस्लिम्स, नहीं वो लीडर ऑफ मुस्लिम नहीं, वो लीडर ऑफ कश्मीर थे। उनकी पार्टी के नाम मुस्लिम कॉन्फ्रेंस से नेशनल कॉन्फ्रेंस इसीलिए रखा गया क्योंकि उसमें कश्मीरी पंडित, सिख सब मौजूद थे, उन सब की सपोर्ट थी। तो 53 में ही उनको अरेस्ट किया गया। और आप आज के दिन ये देखिए, आज भी जितने पॉपुलर लीडर्स हैं, आप मुझे बताइए कि बार एसोसिएशन के प्रधान या कोई प्रोफेसर किस तरह की स्टेट की को डगमगाने की बात कर सकते हैं, उनको भी अरेस्ट किया गया है। ये वही लोग हैं, आप ये वही लिस्ट है जो बाकी स्टेट में भी रखी जाएगी। जब मैं बाहर इस हॉल को एंटर करने के लिए आ रहा था और मुझसे साइन कराया गया, तो मुझे लगा ये यहाँ भी कहीं ना कहीं कोई लिस्ट बना रहा होगा कि जहाँ, जब पंजाब में ऐसे कुछ किया जाएगा तो ऐसी लिस्ट बनाई जाएगी कि ये बार के साथी हैं, ये जर्नलिस्ट साथी हैं, ये टीचर हैं, ये हैं, ये रिलीजियस इंस्टीट्यूशन से हैं। और आपने इंटरनेशनली झूठ बोल बोल कर कश्मीर की ये सिचुएशन कर दी है। ये कहा गया है कि 5000 टेलीफोन चालू हो गए हैं। मैं सब लोगों को बता दूं कि कश्मीर में
करीबन 1 करोड़ लोग रहते हैं और 1 करोड़ से ज़्यादा फ़ोन हैं, तो सिर्फ 5,000 लैंडलाइन पे आज वो कश्मीर जिंदा है। हेल्थ केयर गै, अभी मेरे को न्यूज़ आई है वहाँ पे जो LPG है वो सब ख़त्म है, हेल्थ केयर वगैरह की फैसिलिटीज़ इनएक्सेसिबल है, और जो स्थिति वहाँ हो रही है वो आज से पहले भी हो रही थी। ये याद रखिए, इन्होंने सिर्फ 40,000 ट्रूप एक्स्ट्रा भेजे हैं, जो 6.5-7 लाख ट्रूप वहाँ थे वो ऑलरेडी मौजूद थे। तो कश्मीर जो झेल रहा है वो 87 से ही झेल रहा है, या मैं तो कहूँगा 47 से ही जो झेल रहा है झेल रहा है। अब सवाल इस बात का है कि इससे लड़ा कैसे जाए। कुछ साल पहले मैं आपको कहता कि इसका हम कुछ केस डालते हैं, शायद सुप्रीम कोर्ट हमारी सुन ले, और सुप्रीम कोर्ट ऐसी बात तो होने ही नहीं देगा, पर हमने बार बार देखा है कि इस देश का सुप्रीम कोर्ट भी जब ऐसी सिचुएशन आती है कि जब सरकार पूरी एक तरफ हो और सरकार कुछ करना चाहती हो तो उसको रोकने में नाकाम है। हमें याद रखना चाहिए कि जब पाकिस्तान में 1955 में पहला आर्मी टेक ओवर हुआ था तो वहाँ की सुप्रीम कोर्ट ने ही उस पर स्टैंप लगाई थी और कहा था कि डॉक्ट्रिन ऑफ नेसेसिटी है, ये ज़रूरत है इस देश की, इसलिए हो रहा है। कल ऐसा ना हो कि हमारे देश में भी एक डॉक्ट्रिन ऑफ नेसेसिटी कोई ना कोई जज बना दे कि कश्मीर में ज़रूरी था, ये लॉ एंड ऑर्डर के लिए ज़रूरी था, और ये स्टेटमेंट ऑलरेडी वहाँ के जजों से आ चुकी है। तो धारा 370 को जो इन्होंने मिसइंटरप्रेट किया है, ये एक इनोक्यूस सी चीज़ नहीं है। इन्होंने ये दिखा दिया है कि अगर आपके पास मेजॉरिटी हो तो आप कुछ भी कर सकते हो, चाहे वो आपके संवैधानिक मूल्यों के खिलाफ हो, संवैधानिक धाराओं के खिलाफ हो। और याद रखिए, हिटलर भी इलेक्ट होके आया था, वो भी लीडर था। तो जो लोग ये मानते हैं कि जब अगर हम इलेक्ट हो गए उनको लाइसेंस मिल जाता है, इसका मतलब ये नहीं वो कुछ भी कर सकते हैं। तो मेरा सुझाव ये रहेगा, एक जो कश्मीर जाने की बात, मुझे लगता है पहले भी, इवन इस ये जो 370 हटाइए उससे पहले भी कई ग्रुप्स मानते रहे कि एक बार आप आइए तो सही, आप जाके बाहर जब बात रखेंगे हमारी तभी लोगों को पता चलेगा कि हम क्या सोच रहे हैं, हम क्या लिख रहे हैं, हम क्या बोल रहे हैं, हम क्या चाहते हैं। और दूसरा, अपने ही शहर में, क्योंकि यहाँ पे हम कुछ कर सकते हैं, यहाँ पे हम नंबर इकट्ठा कर सकते हैं, अपने ही शहर में सेमिनार के साथ प्रोटेस्ट भी हों, क्योंकि जब तक ये सरकार नहीं सुनेगी, नहीं सोचेगी, हम लोगों को नहीं देखेगी, क्योंकि हमको आजकल ये एकदम वाइट वॉश करना चाहती है, जब तक ये हमको इग्नोर करने के ऊपर, जब तक हमारी पाबंदियाँ जो ये लगा रहे हैं उसको हम अनरैटल नहीं करते, जब तक हम वहाँ जाकर अपना विरोध किसी ना किसी तरीके से पेश नहीं करते, ये सरकार ना सुनेगी। और सरकार की मुझे चिंता नहीं, क्योंकि सरकार को पता है क्या हो रहा है, यहाँ के लोगों को समझ नहीं आएगा कि हो क्या रहा है। तो पब्लिक प्रोटेस्ट प्लस कश्मीर में जो विजिट हो पाए, लीगली मैं सुप्रीम कोर्ट पे कोई विश्वास नहीं रख पा रहा हूँ, एटलीस्ट इस मुद्दे पे। हुण मैं बेनती करांगा श्री वीर दविंदर सिंह जी, जेडे साबका स्पीकर पंजाब विधानसभा के डिप्टी स्पीकर रहे ने, बहुत लम्मा इन्हों का पारी है सियासत दे विच, उन्हां नूं बेनती करांगा। हाजरीन, बड़ा संजीदा ते संवेदनशील मसले ते विचार करन लई आपां सारे जुड़े हैं, उद्दम बड़ा सराहना योग है। शायद चंचल मनोहर सिंह जी इस गल की गवाही देंगे कि मैं 3-4 साल पहला
ਇੱਕ ਸੈਮੀਨਾਰ ਵਿੱਚ ਕਸ਼ਮੀਰ ਦੇ ਬਾਰੇ ਗੱਲ ਕੀਤੀ ਸੀ ਖਾਲਸਾ ਕਾਲਜ, ਅਤੇ ਉਸ ਤੋਂ ਬਾਅਦ ਚੰਚਲ ਮਨੋਹਰ ਸਿੰਘ ਨੇ ਬੜਾ ਹੈਰਾਨ ਹੋ ਕੇ ਮੈਨੂੰ ਕਿਹਾ ਸੀ ਵੀ ਹਾਲੇ ਕੋਈ ਕਸ਼ਮੀਰ ਦੇ ਹੱਕ 'ਚ ਵੀ ਹਾਂ ਦਾ ਨਾਰਾ ਮਾਰਨ ਵਾਲਾ ਕੋਈ ਹੈ। ਮੈਂ ਅਰਜ਼ ਕਰਾਂ ਕਿ ਬਹੁਤ ਕੁਝ ਵਾਪਰ ਚੁੱਕਿਆ ਔਰ ਬੜਾ ਖੌਫਨਾਕ ਮੰਜ਼ਰ ਹੈ। ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਉਹ ਸ਼ਾਇਦ ਬਹੁਤਾ ਸੁਖਾਲਾ ਵੀ ਨਹੀਂ ਹੈ। ਦੇਸ਼ ਦੇ ਜੋ ਹਾਲਾਤ ਨੇ ਉਹ ਬਿਲਕੁਲ ਬਦਲ ਚੁੱਕੇ ਨੇ। ਪ੍ਰਜਾ ਤੰਤਰ ਦਾ ਸਿਰਫ ਇੱਕ ਨਾਂ ਹੈਗਾ, ਇਹ ਮੈਜੋਰੀਟੇਰੀਅਨ ਪੋਲੀਟੀਕਲ ਮੋਨੋਪੋਲੀ ਜਿਹੜੀ ਹੈਗੀ ਹੈ ਉਹ ਅਸਟੈਬਲਿਸ਼ ਹੋ ਚੁੱਕੀ ਹੈ ਔਰ ਪਿਛਲੇ ਦਿਨੀ ਵੀ ਮੇਰਾ ਇੱਕ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਸੀ ਮਾਮਲਾ ਕਸ਼ਮੀਰ ਦੀਆਂ ਜਿਹੜੀਆਂ ਪਰਤ ਦਰ ਪਰਤ ਉਸ ਨੂੰ ਕਿਸ ਤਰ੍ਹਾਂ ਅਸੀਂ ਦੇਖ ਰਹੇ। 1973 ਵਿੱਚ ਮੈਨੂੰ ਕਸ਼ਮੀਰ ਜਾਣ ਦਾ ਮੌਕਾ ਮਿਲਿਆ, ਸਾਡੀ ਇੱਕ ਬੜੀ ਤਫਸੀਲੀ ਮੁਲਾਕਾਤ ਸ਼ੇਖ ਮੁਹੰਮਦ ਅਬਦੁੱਲਾ ਸਾਹਿਬ ਨਾਲ ਉਹਨਾਂ ਦੇ ਨਿਵਾਸ ਸਥਾਨ 'ਤੇ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਵੇਲੇ ਜਦਰਮੋਹਨ ਸਿੰਘ ਧੁਰ ਸਨ, ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ, ਇੱਕ ਜੰਮੂ ਕਸ਼ਮੀਰ ਦੇ ਅਕਾਲੀ ਦਲ ਦੇ ਪ੍ਰੈਜੀਡੈਂਟ ਸਰਦਾਰ ਬਸੰਤ ਸਿੰਘ ਉਹ ਨਾਲ ਸਨ। ਟੌਰਾ ਸਾਹਿਬ ਦਾ ਨਾਂ ਵੀ ਮੁਲਾਕਾਤ ਕਰਨ ਵਾਲਿਆਂ ਦੀ ਸੂਚੀ ਵਿੱਚ ਭੇਜਿਆ ਸੀ, ਲੇਕਿਨ ਸ਼ੇਖ ਅਬਦੁੱਲਾ ਸਾਹਿਬ ਨੇ ਉਹਨਾਂ ਦੇ ਨਾਂ 'ਤੇ ਕਾਟੀ ਮਾਰ ਦਿੱਤੀ ਸੀ, ਉਹਨਾਂ ਨੂੰ ਨਹੀਂ ਸੀ ਮਿਲੇ। ਫਿਰ ਤਿੰਨ ਜਣਿਆਂ ਦਾ ਡੈਲੀਗੇਸ਼ਨ ਗਿਆ ਸੀ। ਕਾਫੀ ਦੇਰ ਅਸੀਂ ਬੈਠੇ ਰਹੇ ਅਤੇ ਉਹ ਚਾਹ ਪਾਣੀ ਸਾਨੂੰ ਉਹਨਾਂ ਨੇ ਪਿਲਾਇਆ, ਉਹ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਮਾਰਦੇ ਰਹੇ, ਕਿੱਥੇ ਕਿੱਥੇ ਗਏ, ਕੀ ਵੇਖਿਆ ਵਗੈਰਾ ਵਗੈਰਾ। ਅਤੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਜੀ ਅਸੀਂ ਤਾਂ ਕੋਈ ਪੋਲੀਟੀਕਲ ਵਿਜ਼ਡਮ ਸਾਡੀ ਝੋਲੀ ਪਾਓ, ਅਤੇ ਉਹ ਕਹਿਣ ਲੱਗੇ ਵੀ ਮੈਨੂੰ ਬੜਾ ਡਰ ਲੱਗਦਾ ਤੁਹਾਤੋਂ, ਮੈਂ ਇੱਕ ਵਾਰੀ ਕੋਈ ਵਿਜ਼ਡਮ ਸ਼ੇਅਰ ਕਰਨ ਦੀ ਗਲਤੀ ਕਰ ਬੈਠਿਆ ਸੀ ਅਤੇ ਮੈਨੂੰ 8-10 ਸਾਲ ਜੇਲ੍ਹ ਭੁਗਤਣੀ ਪਈ ਸੀ। ਹੀ ਵਾਜ ਰੈਫਰਿੰਗ ਟੂ 1953 ਔਰ ਸਾਡੇ ਇੱਕ ਬੰਦੇ ਨੇ ਉਸ ਗੁਫ਼ਤਗੂ ਦਾ ਜਿਹੜਾ ਰਾਜ ਸੀ ਉਹ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਪੜਦਾ ਕਰਤਾ ਸੀ, ਅਤੇ ਉਸ ਤੋਂ ਬਾਅਦ ਇਮੀਡੀਏਟਲੀ ਸ਼ੇਖ ਅਬਦੁੱਲਾ ਦੀ ਗਵਰਨਮੈਂਟ ਜਿਹੜੀ ਸੀ ਉਹ ਡਿਸਮਿਸ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਤਾਮਿਲਨਾਡੂ ਵਿੱਚ ਬੰਦ ਕਰ ਦਿੱਤਾ ਸੀ ਔਰ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਵੀ ਉਸੇ ਦਿਨ ਹੀ ਗ੍ਰਿਫਤਾਰ ਕਰਕੇ ਧਰਮਸ਼ਾਲਾ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਹ ਸੱਜਣ ਸ਼ਾਇਦ ਡਾਕਟਰ ਗੋਪਾਲ ਸਿੰਘ ਜੀ ਸਨ, ਜਿਨ੍ਹਾਂ ਨੂੰ ਥੋੜ੍ਹੇ ਦਿਨਾਂ ਬਾਅਦ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ, ਫਿਰ ਲੈਫਟੀਨੈਂਟ ਗਵਰਨਰ, ਅੰਬੈਸਡਰ, ਇਹ ਬੜਾ ਕੁਛ ਹੋਇਆ। ਅਰਜ਼ ਇਹ ਹੈ ਭਈ ਦੋਸਤਾਂ ਨੇ 370 ਧਾਰਾ ਦੀ ਗੱਲ ਕੀਤੀ, ਮੈਂ ਉਹਦੀ ਥੋੜ੍ਹੀ ਜਿਹੀ
ਬੈਕਗਰਾਊਂਡ 'ਚ ਜਾਣਾ, ਮੈਂ ਸਹਿਮਤ ਹਾਂ ਉਹਨਾਂ ਸੱਜਣਾਂ ਨਾਲ ਜਿਹੜੇ ਇਹ ਵਿਚਾਰ ਰੱਖਦੇ ਨੇ ਕਿ ਕਸ਼ਮੀਰ ਦੀ ਸਿਚੁਏਸ਼ਨ ਜਿਹੜੀ ਹੈ ਉਹ 47 ਤੋਂ ਪਹਿਲਾਂ ਵਾਲੀ ਹੋ ਗਈ ਹੈ, ਪ੍ਰੀ 1947 ਵਾਲੀ, ਕਿਉਂਕਿ ਜਿਹੜਾ ਬੁਨਿਆਦੀ ਦਸਤਾਵੇਜ਼ ਹੈ ਉਹ ਹੈ ਮਹਾਰਾਜਾ ਹਰੀ ਸਿੰਘ ਔਰ ਲਾਰਡ ਮਾਊਂਟਬੈਟਨ ਜਿਹੜੀ ਪਹਿਲੀ ਅੰਡਰਸਟੈਂਡਿੰਗ ਹੋਈ ਹੈ। ਇਹ ਜਿਹੜੀ ਧਾਰਾ 370 ਹੈਗੀ ਹੈ ਇਹ ਇਹਦਾ ਆਧਾਰ ਹੈ ਉਹ ਡਾਕੂਮੈਂਟ, ਇਟ ਐਮੀਨੇਟਸ ਆਊਟ ਆਫ ਦੈਟ ਅੰਡਰਸਟੈਂਡਿੰਗ ਬਿਟਵੀਨ ਮਹਾਰਾਜਾ ਹਰੀ ਸਿੰਘ ਐਂਡ ਲਾਰਡ ਮਾਊਂਟਬੈਟਨ ਹੂ ਵਾਸ ਦੀ ਗਵਰਨਰ ਜਨਰਲ ਆਫ ਇੰਡੀਆ। ਉਸ ਅੰਡਰਸਟੈਂਡਿੰਗ ਨੂੰ ਕੰਸਟੀਟਿਊਸ਼ਨਲਾਈਜ਼ ਕੀਤਾ ਜਦੋਂ ਅਸੀਂ ਉਹਨੂੰ ਕੰਸਟੀਟਿਊਂਟ ਅਸੈਂਬਲੀ 'ਚ ਲੈ ਆਉਂਦਾ, ਬਲਕਿ ਉਹਨੂੰ ਕੰਸਟੀਟਿਊਸ਼ਨਲਾਈਜ਼ ਕਰਨ ਦੇ ਵਾਸਤੇ ਵੀ ਸੇਵਾਵਾਂ ਜਿਹੜੀਆਂ ਸੀ ਉਹ ਸ਼ੇਖ ਮੁਹੰਮਦ ਅਬਦੁੱਲਾ ਦੀਆਂ ਲਈਆਂ ਗਈਆਂ, ਬਿਕੋਜ਼ ਹੀ ਵਾਜ਼ ਮੈਂਬਰ ਆਫ ਦੀ ਕੰਸਟੀਟਿਊਂਟ ਅਸੈਂਬਲੀ ਰੀਪ੍ਰਜੈਂਟਿੰਗ ਕਸ਼ਮੀਰ ਰਿਆਸਤ। ਉਹ ਰਿਆਸਤ ਕਸ਼ਮੀਰ ਦੇ ਨੁਮਾਇੰਦੇ ਦੇ ਤੌਰ 'ਤੇ ਕੰਸਟੀਟਿਊਂਟ ਅਸੈਂਬਲੀ ਦਾ ਮੈਂਬਰ ਸੀਗਾ। ਇਸੇ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਫੁਲਕੀਆਂ ਸਟੇਟਸ ਨੇ ਉਹਨਾਂ ਰਿਆਸਤਾਂ ਦੇ ਵੀ ਜਿਹੜੇ ਨੁਮਾਇੰਦੇ ਸੀ ਉਹ ਕੰਸਟੀਟਿਊਂਟ ਅਸੈਂਬਲੀ ਵਿੱਚ ਲਏ ਗਏ ਸੀ। 370 ਦੇ ਬਾਰੇ ਹੁਣ ਵੀ ਜਿਹੜੇ ਬੰਦੇ ਪਾਰਲੀਮੈਂਟ 'ਚ ਬੋਲਦੇ ਨੇ ਜਾਂ ਜਿਹੜੇ BJP ਦੇ ਜਿਹੜੇ ਇਸ ਦੇ ਹੱਕ 'ਚ ਨੇ ਉਹ ਕਹਿੰਦੇ ਨੇ ਕਿ ਜੀ ਇਹ ਇਹ ਆਰਜ਼ੀ ਸੀ, ਇਹ ਟੈਂਪਰੇਰੀ ਅਰੇਂਜਮੈਂਟ ਸੀਗਾ। ਮੈਂ ਵੀ ਮੰਨਦਾ ਕਿ ਉਹ ਟੈਂਪਰੇਰੀ ਅਰੇਂਜਮੈਂਟ ਸੀ, ਪਰ ਉਹ ਟੈਂਪਰੇਰੀ ਉਸ ਸ਼ਕਲ 'ਚ ਸੀ ਕਿ ਉਹ ਜਿਹੜਾ ਐਕਸੈਸ਼ਨ ਸੀ ਨਾ ਉਹੀ ਆਪਣੇ ਆਪ 'ਚ ਟੈਂਪਰੇਰੀ ਸੀ। ਉਸ ਵਿਵਸਥਾ ਨੇ ਕੁਝ ਸਮੇਂ ਬਾਅਦ ਖਤਮ ਹੋਣਾ ਸੀ, ਕਿਉਂਕਿ ਉਹਨਾਂ ਨੂੰ ਇੱਕ ਵਾਅਦਾ, ਇੱਕ ਇਕਰਾਰ ਉਹਨਾਂ ਨਾਲ ਕੀਤਾ ਗਿਆ ਸੀ ਕਿ ਪਲੈਬਿਸਿਟ ਹੋਏਗਾ, ਰਾਏਸ਼ੁਮਾਰੀ ਹੋਏਗੀ। ਰਾਏਸ਼ੁਮਾਰੀ ਹੋਣ ਤੱਕ ਉਹ ਜਿਹੜੀ ਵਿਵਸਥਾ ਹੈਗੀ ਹੈ ਆਰਜ਼ੀ ਉਹ ਕੰਸਟੀਟਿਊਸ਼ਨ ਵਿੱਚ ਰਹੇਗੀ। ਰਾਏਸ਼ੁਮਾਰੀ ਹੋਣ ਤੋਂ ਬਾਅਦ ਜੋ ਰਾਏਸ਼ੁਮਾਰੀ ਫੈਸਲਾ ਕਰੇਗੀ ਫਿਰ ਉਹ ਪੋਜੀਸ਼ਨ ਕਸ਼ਮੀਰ ਅਖਤਿਆਰ ਕਰੇਗਾ। ਇਹ ਚਲਾਕੀ ਦੇ ਨਾਲ 370 ਜਿਹੜੀ ਹੈ ਉਹਨੂੰ ਖਤਮ ਕਰਕੇ, 35A ਨੂੰ ਖਤਮ ਕਰਕੇ ਨਾਲ ਹੀ ਸਟੇਟਹੁੱਡ ਉਹਨਾਂ ਦੀ ਖਤਮ ਕਰ ਦਿੱਤੀ ਹੈਗੀ। ਮੈਂ ਸ਼ਾਇਦ ਪਿੱਛੇ ਕਿਸੇ ਇਸ ਤਰ੍ਹਾਂ ਦੇ ਸੈਮੀਨਾਰ 'ਚ ਕਿਹਾ ਸੀ ਜਦੋਂ ਸਟੋਨ ਪੈਲਟਿੰਗ ਐਂਡ ਪੈਲਟ ਗਨਸ ਦਾ ਬਹੁਤ ਇਸਤੇਮਾਲ ਹੋ ਰਿਹਾ ਸੀ, ਮੇਰੇ ਇੱਕ ਮਿੱਤਰ ਉੱਥੇ ਤਾਇਨਾਤ ਸਨ, CRPF ਦੇ ਕੋਈ ਵੱਡੇ ਅਫਸਰ ਸੀਗੇ। ਮੈਂ ਉਹਨਾਂ ਨੂੰ ਫੋਨ 'ਤੇ ਗੱਲ ਕੀਤੀ ਭਈ ਇਹ ਕਦੇ ਮੁੱਕੇਗਾ ਵੀ ਕੰਮ? ਉਹ ਬੜੀ ਤਸਵੀਰ ਆਈ ਸੀ, ਇੱਕ ਬੱਚੇ ਦੀ ਅੱਖ ਵਿੱਚ ਪੈਲਟ ਗਨ ਵੱਜੀ ਸੀ ਅਤੇ ਲੋਸਟ ਆਈਸਾਈਟ, ਐਵਰੀਥਿੰਗ, ਵੈਰੀ ਹੋਰੀਬਲ ਐਂਡ ਹੋਰੈਂਡਸ ਇੰਸੀਡੈਂਟ ਹੈਪਨ ਦੈਟ ਇੰਸਪਾਇਰਡ ਮੀ ਟੂ ਸਪੀਕ ਟੂ ਮਾਈ ਫਰੈਂਡ ਇਨ ਕਸ਼ਮੀਰ। ਉਹ ਮੈਨੂੰ ਕਹਿਣ ਲੱਗਿਆ ਸਰ ਇਹ ਕਭੀ ਖਤਮ ਨਹੀਂ ਹੋਊਗਾ ਕੰਮ। ਬੜੀ ਵੱਡੀ ਪਦਵੀ 'ਤੇ ਨਾਫਜ਼ ਸੀ ਕਸ਼ਮੀਰ 'ਚ, ਸਰ ਵਾਈ?
ਕਹਿੰਦਾ ਆਪ ਹੈਰਾਨ ਹੋਗੇ ਕਿ ਇਹ ਜੋ ਬੱਚੇ ਸੜਕੋਂ ਪਰ ਆਤੇ ਹੈ ਇਨਕੀ ਮਾਂ ਇਨਕੋ ਛੋੜ ਕਰ ਜਾਤੀ ਹੈ ਕਿ ਉਧਰ ਪ੍ਰੋਟੈਸਟ ਹੋ ਰਹਾ ਹੈ ਤੂੰ ਘਰ ਮੇਂ ਬੈਠਾ ਹੈ ਚਲ ਜਾ ਕਰ ਸੜਕ ਪੇ ਨਾਰੇ ਲਗਾਓ ਔਰ ਈਂਟ ਪੱਥਰ ਫੈਂਕੋ ਕਹਿੰਦਾ ਉਹ ਬਾਰਾਂ ਬਾਰਾਂ ਤੇਰਾਂ ਤੇਰਾਂ ਸਾਲ ਦੇ ਬੱਚੇ ਆਉਂਦੇ ਨੇ ਅਤੇ ਉਹ ਆਪਣੀ ਟੀ ਸ਼ਰਟ ਲਾ ਕੇ ਸਾਡੇ ਮੂਹਰੇ ਖੜ੍ਹਦੇ ਨੇ ਯਹਾਂ ਮਾਰੋ ਗੋਲੀ ਯਹਾਂ ਮਾਰੋ ਗੋਲੀ ਹੁਣ ਇਹ ਇੱਕ ਲੈਵਲ ਆਫ ਕਮਿਟਮੈਂਟ ਹੈ ਮਸਲਾ ਜਿਹੜਾ ਹੈ ਕਸ਼ਮੀਰ ਦਾ ਉਹ ਖਤਮ ਨਹੀਂ ਹੋਇਆ ਰਾਦਰ ਜੇ ਕਹੀਏ ਵੀ ਬੈਕ ਬਰਨਰ ਤੋਂ ਹੁਣ ਫਰੰਟ ਬਰਨਰ 'ਤੇ ਆ ਗਿਆ ਹੈਗਾ ਬਹੁਤ ਸਾਰੀਆਂ ਸਟੇਟਸ ਨਿਊਕਲੀਅਰ ਵੈਪਨ ਸਟੇਟਸ ਨੇ ਅਨਫਾਰਚੂਨੇਟਲੀ ਕਸ਼ਮੀਰ ਦੇ ਬਾਰਡਰ ਦੇ ਨਾਲ ਲੱਗਦੀਆਂ ਤਿੰਨ ਸਟੇਟਸ ਜਿਹੜੀਆਂ ਨੇ ਦੇ ਨਿਊਕਲੀਅਰ ਵੈਪਨ ਸਟੇਟਸ ਚਾਈਨਾ ਇਜ਼ ਏ ਨਿਊਕਲੀਅਰ ਵੈਪਨ ਸਟੇਟ ਇੰਡੀਆ ਇਜ਼ ਏ ਨਿਊਕਲੀਅਰ ਵੈਪਨ ਸਟੇਟ ਪਾਕਿਸਤਾਨ ਇਜ਼ ਏ ਨਿਊਕਲੀਅਰ ਵੈਪਨ ਸਟੇਟ ਨਿਊਕਲੀਅਰ ਵੈਪਨ ਕਰਕੇ ਲੋਕ ਸਹਿਮੇ ਹੋਏ ਨੇ ਨਹੀਂ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਹੈ ਉਹ ਇਸ ਤੋਂ ਕਿਤੇ ਜ਼ਿਆਦਾ ਬਣ ਸਕਦਾ ਸੀ ਲੇਕਿਨ ਇਹ ਜੋ ਕੁਝ ਵੀ ਉੱਥੇ ਕੀਤਾ ਜਾ ਰਿਹਾ ਫੌਜ ਹੈ ਦੂਸਰੀਆਂ ਸੰਗਠਨ ਬੈਠੇ ਨੇ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਉਸ ਪੱਠੀ ਨੂੰ ਸ਼ਾਂਤ ਨਹੀਂ ਕਰ ਸਕੇਗਾ ਜਿਹੜੇ ਲੋਕ ਅੰਦਰ ਬੰਦ ਨੇ ਇਹ ਬਾਰ ਬਾਰ ਕਹਿਣਾ ਕਿ ਜੀ ਕਰਫਿਊ ਤਾਂ ਉੱਥੇ ਹੈ ਨਹੀਂ ਸੈਕਸ਼ਨ 144 ਹੈ ਪਰ ਉਹਨਾਂ ਨੂੰ ਪਤਾ ਹੈ ਕਿ ਉੱਥੇ ਸੈਕਸ਼ਨ 144 ਤੋਂ ਬਿਨਾਂ ਵੀ ਗੋਲੀ ਮਾਰ ਦਿੱਤੀ ਜਾਂਦੀ ਹੈ ਇਸ ਕਰਕੇ ਉਹ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਨੇ ਹੁਣ ਉਹ ਚੀਜ਼ਾਂ ਕੀਤੀਆਂ ਜਾ ਰਹੀਆਂ ਜਦੋਂ ਬਲੂ ਸਟਾਰ ਇੱਥੇ ਹੋਇਆ ਉਸ ਤੋਂ ਪਹਿਲਾਂ ਬੜੀਆਂ ਮਸ਼ਕਾਂ ਬੜੇ ਸਲਾਹਾਂ ਦੇਣ ਵਾਲੇ ਲੋਕ ਹੁੰਦੇ ਸੀ ਕਿ ਜੀ ਇਸ ਤਰ੍ਹਾਂ ਕਰੋ ਬਿਜਲੀ ਕੱਟ ਦਿਓ ਰਾਸ਼ਨ ਬੰਦ ਕਰ ਦਿਓ ਭੁੱਖੇ ਮਾਰ ਦਿਓ ਹਨੇਰਾ ਕਰ ਦਿਓ ਪਿਆਸੇ ਮਾਰ ਦਿਓ ਆਪੀ ਬਾਹਰ ਆਉਣਗੇ ਹੁਣ ਇਹ ਅਜਿਹਾ ਕੁਛ ਹੋ ਰਿਹਾ ਗੈਸ ਸਪਲਾਈ ਬੰਦ ਕਰ ਦਿਓ ਪੁਰਾਣੀ ਹਰ ਕਿਸਮ ਦੀ ਖਾਣ ਪੀਣ ਦਾ ਸਮਾਨ ਬੰਦ ਕਰ ਦਿਓ ਸਕੂਲ ਬੰਦ ਕਰ ਦਿਓ ਤਾਂ ਕਿ ਉਹ ਮਜਬੂਰ ਹੋ ਕੇ ਲੋਕ ਜਿਹੜੇ ਨੇ ਬਾਹਰ ਆਉਣ ਪਰ ਇਹ ਹੋਣਾ ਨਹੀਂ ਕਿਉਂਕਿ ਉਹਨਾਂ ਦੀ ਕਮਿਟਮੈਂਟ ਬਹੁਤ ਹੈ ਸਾਰਾ ਹਿੰਦੁਸਤਾਨ ਹਾਰ ਗਿਆ ਇਕੱਲੇ ਕਸ਼ਮੀਰੀ ਪਿਛਲੇ 74 ਸਾਲ ਤੋਂ ਲੜ ਰਹੇ ਨੇ ਔਰ ਮੁਸਲਸਲ ਲੜ ਰਹੇ ਸਭ ਤੋਂ ਵੱਡੀ ਸੰਵਿਧਾਨਕ ਠੱਗੀ ਗੱਲ ਤਾਂ ਸ਼ੁਰੂ ਹੋਈ ਸੀ ਇੱਕ ਮਿੰਟ ਲੈਣਾ ਖਤਮ ਕਰ ਦਿੰਦੇ ਜਿਹੜਾ ਉਹ ਕਹਿ ਰਹੇ ਨੇ ਕਿ ਜੀ ਵਿਧਾਨ ਸਭਾ ਉੱਥੋਂ ਦੀ ਭੰਗ ਹੈ ਕੰਸਟੀਚੁਐਂਟ ਅਸੈਂਬਲੀ ਹੈ ਨਹੀਂ ਕੰਸਟੀਚੁਐਂਟ ਅਸੈਂਬਲੀ ਦਾ ਸਟੇਟਸ ਵਿਧਾਨ ਸਭਾ ਨੇ ਗ੍ਰਹਿਣ ਕਰ ਲਿਆ ਵਿਧਾਨ ਸਭਾ ਭੰਗ ਹੈ ਜਦੋਂ ਵਿਧਾਨ ਸਭਾ ਭੰਗ ਹੋਵੇ ਤਾਂ ਵਿਧਾਨ ਸਭਾ ਦੇ ਸਾਰੇ ਜਿਹੜੇ ਅਧਿਕਾਰ ਨੇ ਉਹ ਬੋਥ ਦੀ ਹਾਊਸਿਸ ਆਫ ਪਾਰਲੀਮੈਂਟ ਉਹਨਾਂ ਕੋਲ ਚਲੇ ਜਾਂਦੇ ਨੇ ਇਸ ਕਰਕੇ ਅਸੀਂ ਪਹਿਲਾਂ ਉਹ ਵਿਧਾਨ ਸਭਾ ਦਾ ਅਖਤਿਆਰ ਇਸਤੇਮਾਲ ਕੀਤਾ ਅਪਰੂਵ ਕੀਤਾ ਇਸ ਲੈਜਿਸਲੇਸ਼ਨ ਨੂੰ ਉਸ ਤੋਂ ਬਾਅਦ ਫਿਰ ਪਾਰਲੀਮੈਂਟ ਦਾ ਅਖਤਿਆਰ ਇਸਤੇਮਾਲ ਕੀਤਾ ਮੈਂ ਉਹਨਾਂ ਲੋਕਾਂ ਤੋਂ ਜਾਣਨਾ ਚਾਹੁੰਦਾ ਹਾਂ
ਕਦੇ ਕਿਸੇ ਸੂਬੇ ਦੀ ਕੋਈ ਵਿਧਾਨ ਸਭਾ ਐਸਾ ਰੈਜ਼ੋਲਿਊਸ਼ਨ ਪਾ ਸਕਦੀ ਹੈ ਕਿ ਉਹ ਸੂਬੇ ਦਾ ਅਸਤਿਤਵ ਜਿਹੜਾ ਹੈਗਾ ਉਸਨੂੰ ਛਿੰਨ ਭੰਗਰ ਕਰ ਦੇਵੇ, ਉਸਨੂੰ ਖਤਮ ਕਰ ਦੇਵੇ ਅਤੇ ਸੂਬੇ ਨੂੰ ਯੂਨੀਅਨ ਟੈਰੀਟਰੀ ਬਣਾ ਦੇ ਅਤੇ ਉਹਨੂੰ ਦੋ ਹਿੱਸਿਆਂ 'ਚ ਵੰਡ ਦੇ? ਕਦੇ ਹੋ ਸਕਦਾ ਹੈ? ਘੱਟੋ ਘੱਟ ਮੇਰੀ ਜ਼ਿੰਦਗੀ 'ਚ ਤਾਂ ਐਸਾ ਕਦੇ ਨਹੀਂ ਹੋਇਆ ਕਿ ਕਿਸੇ ਸੂਬੇ ਦੀ ਅਸੈਂਬਲੀ ਨੇ ਆਪਣੇ ਆਪ ਨੂੰ ਖਤਮ ਕਰਨ ਦਾ, ਆਤਮ ਹੱਤਿਆ ਕਰਨ ਦਾ ਕੋਈ ਮਤਾ ਪਾਇਆ ਹੋਵੇ। ਇਹ ਸਾਰਾ ਕੁਛ ਜਿਹੜਾ ਹੈ ਇਹ ਬੜੀ ਇਟਸ ਏ ਕਲੋਸਲ ਯੂ ਸੀ ਬਿਟਰੇਅਲ। ਇਹਦੇ 'ਚ ਸਾਨੂੰ ਜ਼ਰੂਰ ਸਭ ਨੂੰ ਹਿੱਸਾ ਪਾਉਣਾ ਚਾਹੀਦਾ। ਲੜਾਈ ਲੰਮੀ ਹੈ ਔਰ ਮੈਂ ਸਮਝਦਾ ਕਿ ਕਸ਼ਮੀਰ ਜਿਹੜਾ ਹੈ ਇਹ ਗਾਜ਼ਾ ਪੱਟੀ ਜਾਂ ਗੋਲਨ ਹਾਈਟ ਵਰਗਾ ਸਟੇਟਸ ਅਖਤਿਆਰ ਕਰੇਗਾ। ਬੜੀ ਲੰਮੀ ਲੜਾਈ ਚੱਲੇਗੀ ਔਰ ਇਹਦੇ 'ਚ ਦੁਨੀਆ ਵੀ ਦੇਖੇਗੀ ਕਿ ਕਿਹਨਾਂ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਔਰ ਕਿਹਨਾਂ ਨੇ ਜਦੋਂ ਉਹਨਾਂ ਦੇ ਹਕੂਕ ਜਿਹੜੇ ਸੀ ਉਹ ਮਜਰੂਹ ਹੋ ਰਹੇ ਸੀ ਉਦੋਂ ਲੋਕ ਖਾਮੋਸ਼ੀ ਅਖਤਿਆਰ ਕਰਕੇ ਬੈਠੇ ਰਹੇ। ਮੈਨੂੰ ਖੁਸ਼ੀ ਹੈ ਤੁਸੀਂ ਇਹ ਇਨੀਸ਼ੀਏਟਿਵ ਜਿਹੜਾ ਹੈਗਾ ਲਿਆ। ਜੋ ਵੀ ਪ੍ਰੋਗਰਾਮ ਤੁਸੀਂ ਉਡੀਕੋਗੇ ਜਿੱਥੇ ਵੀ ਜਾਣ ਦਾ ਕੋਈ ਡੈਲੀਗੇਸ਼ਨ ਜਾਣਾ ਜਾਂ ਜੋ ਵੀ ਵਟ ਐਵਰ ਯੂ ਡਿਸਾਈਡ ਅਸੀਂ ਉਹਦੇ ਸ਼ਾਮਿਲ ਹੋਵਾਂਗੇ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਜੀ। ਮੱਛੀ ਜਾਲ 'ਚ ਆਪਣੇ ਆਪ ਹੀ ਫਸੀ ਜਾਂਦੀ ਹੈ ਅਤੇ ਉਹ ਵੀ ਸਮਝਦੀ ਨਹੀਂ ਵੀ ਜਾਲ ਕਿੱਡਾ ਵੱਡਾ ਬੁਣਿਆ। ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਆਜ਼ਾਦ ਕਰ ਰਹੇ ਹਾਂ ਅਤੇ ਕੋਈ ਗੜਬੜ ਹੋਣੀ ਨਹੀਂ ਹੈ। ਮੈਂ ਹੁਣ ਸਰ ਬਲਵੰਤ ਸਿੰਘ ਜੀ ਖੇੜਾ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖਣਗੇ। ਮਿੱਤਰੋ, ਇਸ ਹਾਲ ਦੇ ਵਿੱਚ ਬੈਠੇ ਜਿਹੜੀ ਤੁਸੀਂ ਚਿੰਤਾ ਕਰ ਰਹੇ ਹੋ ਸਾਰਾ ਦੇਸ਼, ਔਰ ਜੇ ਮੈਂ ਕਹਾਂ ਜਿੱਥੇ ਵੀ ਭਾਰਤ ਦਾ ਵਸਣ ਵਾਲਾ ਦੁਨੀਆ ਦੇ ਕੋਨੇ 'ਤੇ ਆ ਉਹ ਚਿੰਤਤ ਆ, ਇਹ ਕੀ ਹੋ ਰਿਹਾ, ਕਿੱਧਰ ਨੂੰ ਦੇਸ਼ ਜਾ ਰਿਹਾ। ਔਰ ਮੈਂ ਵਧਾਈ ਦਿੰਦਾ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਨੂੰ। ਹੁਣ ਪਿੰਡ ਬਚਾਓ ਪੰਜਾਬ ਬਚਾਓ ਤੋਂ ਦੇਸ਼ ਬਚਾਓ ਵੀ ਤੁਹਾਡਾ ਨਿਸ਼ਾਨਾ ਹੋ ਗਿਆ ਇਸ ਮੀਟਿੰਗ ਤੋਂ ਇਹ ਪਤਾ ਲੱਗਦਾ। ਜਿੱਥੇ ਤੱਕ ਵਿਚਾਰਾਂ ਹੋਈਆਂ ਹੋਰ ਬਹੁਤ ਵਿਚਾਰਾਂ ਹੋ ਸਕਦੀਆਂ। ਤੁਸੀਂ ਪ੍ਰਸਤਾਵ ਕਰਨੇ ਆ, ਸੁਝਾਵ ਆਏ ਆ ਕਿ ਉਹ ਦਿਖਣ ਵਾਲਾ ਪ੍ਰੋਟੈਸਟ ਲੋਕਾਂ ਨੂੰ ਪਤਾ ਲੱਗੇ ਅਸੀਂ ਇੱਥੇ ਅੰਦਰ ਬਹਿ ਕੇ ਜਿਹੜਾ ਕੀਤਾ ਜਗ ਜ਼ਾਹਰ ਹੋਣਾ ਚਾਹੀਦਾ। ਇਹ ਅੱਜ ਤੁਸੀਂ ਫੈਸਲਾ ਕਰੋ ਭਈ ਪੰਜਾਬ ਦੇ ਵਿੱਚ 25 ਥਾਈਂ 10 ਥਾਈਂ ਕਨਵੈਨਸ਼ਨਾਂ ਕਰਨੀਆਂ ਜਾਂ ਖੁੱਲ੍ਹਵਾਂ ਕੁਛ ਕੀ ਹੋ ਸਕਦਾ। ਸੁਝਾਅ ਮਾਤਰ ਸਾਨੂੰ ਨਿਕਲਣਾ ਪਏਗਾ ਔਰ ਖਾਸ ਕਰਕੇ ਯੂਨੀਵਰਸਿਟੀਆਂ ਵਿੱਚ ਜਾ ਕੇ ਇਸ ਤਰੀਕੇ ਦੀਆਂ ਗੱਲਾਂ ਕਰਕੇ ਲੋਕ ਨੌਜਵਾਨਾਂ ਨੇ ਦਾ ਭਵਿੱਖਿਆ ਖਤਰੇ 'ਚ। ਔਰ ਅੱਜ ਦੇਸ਼ ਦੇ ਵਿੱਚ ਆਏ ਸੁਝਾਵ ਖਲਾ ਹੈ, ਖਲਾ ਵੈਕਿਊਮ ਹੈ, ਪੋਲੀਟੀਕਲ ਅਲਟਰਨੇਟਿਵ ਹੈ ਨਹੀਂ ਕੋਈ ਵੀ। ਔਰ ਕੋਈ ਦੂਰ ਦੂਰ ਤੱਕ ਹਾਲ ਦੀ ਘੜੀ ਜੈ ਪ੍ਰਕਾਸ਼ ਨਾਰਾਇਣ ਵੀ ਕੋਈ ਨਹੀਂ ਦਿਸਦਾ।
ਇਸ ਲਈ ਬੈਠੇ ਹਨ ਮਿੱਤਰ ਬਹੁਤ ਆਪਣੇ ਡਿਪਟੀ ਸਪੀਕਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਹਨ, ਹੋਰ ਬਹੁਤ ਸਾਰੇ ਮਿੱਤਰ ਬੋਲੇ ਹਨ। ਮੇਰਾ ਮਨ 'ਚ ਆਈ ਗੱਲ, ਬਲਵੰਤ ਸਿੰਘ ਖੇੜਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਦੰਭ ਦੇ ਖਿਲਾਫ ਪਿਛਲੇ 20 ਸਾਲ ਤੋਂ ਲੜਾਈ ਲੜਦੇ ਹਾਂ, ਵੀ ਐਡਾ ਵੱਡਾ ਪਿਛਲੇ 40 ਸਾਲਾਂ 50 ਸਾਲਾਂ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਪੰਥ ਵਾਲੇ, ਅਸੀਂ ਸੈਕੂਲਰ ਅਖਵਾਉਣ ਵਾਲੇ, ਇਹ ਤਾਂ ਚਾਹੁੰਦੇ ਹਾਂ ਵੀ ਚਾਰੇ ਮਹਿਕਮੇ ਕੇਂਦਰ ਕੋਲ ਹੋਣ, ਔਰ ਤੁਸੀਂ ਇਹ ਮਤਾ ਵੀ ਪਾਸ ਕੀਤਾ ਧਾਰਮਿਕ ਸਥਾਨ 'ਤੇ ਕੀਤਾ ਵੀ ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰਧਾਰਾ ਨੂੰ ਪ੍ਰਣਾਇਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੂੰ ਕੋਈ ਸਜ਼ਾ ਦੇਣ ਵਾਸਤੇ ਡੈਪੂਟੇਸ਼ਨ ਲਿਜਾ ਕੇ ਅਗਰ ਉਪਰਾਲਾ ਕਰ ਸਕਦੇ ਹਾਂ ਤਾਂ ਮੇਰਾ ਖਿਆਲ ਹੈ ਇਹ ਵੀ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਹੋ ਸਕਦਾ। ਮੈਂ ਜਿਹੜੇ ਵੀ ਇੱਥੇ ਆਪਾਂ ਪ੍ਰਸਤਾਵ ਕਰਾਂਗੇ ਜਾਂ ਕੋਈ ਅੰਦੋਲਨ ਦੀ ਰੂਪ ਰੇਖਾ ਉਲੀਕਾਂਗੇ, ਮੈਂ ਸੋਸ਼ਲਿਸਟ ਪਾਰਟੀ ਇੰਡੀਆ ਦਾ ਛੋਟਾ ਨੁਮਾਇੰਦਾ ਹਾਂ, ਅਸੀਂ ਉਹਦੇ ਵਿੱਚ ਸ਼ਾਮਿਲ ਹੋਵਾਂਗੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਹਮੀਰ ਸਿੰਘ ਜੀ, ਉਹ ਆਪਣੇ ਵਿਚਾਰ ਇਸ ਮਾਮਲੇ 'ਚ ਰੱਖਣਗੇ। ਪਰਮ ਸਤਿਕਾਰਯੋਗ ਦੋਸਤੋ, ਮੇਰਾ ਖਿਆਲ ਹੈ ਕਸ਼ਮੀਰ ਦਾ ਮੁੱਦਾ ਜਾਂ ਕਸ਼ਮੀਰ ਬਾਰੇ ਸਮਝ ਇਹ ਪਹਿਲੀ ਵਾਰ ਨਹੀਂ ਕਿ ਅਸੀਂ ਚਰਚਾ ਕਰ ਰਹੇ ਹਾਂ, ਸਾਰੇ ਹੀ ਵਾਰ ਵਾਰ ਇਹ ਹੈ। ਲਗਭਗ 9 ਸਾਲ ਪਹਿਲਾਂ 26 ਨਵੰਬਰ 2010 ਨੂੰ ਪਹਿਲੀ ਵਾਰੀ ਕੋਈ ਕਸ਼ਮੀਰੀ ਲੀਡਰ, ਜਿਹਨੂੰ ਸੈਪਰੇਟਿਸਟ ਦਾ ਨਾਂ ਦਿੱਤਾ ਜਾਂਦਾ ਸੀ, ਜਿਹੜਾ ਉੱਥੇ ਦਾ ਰਿਲੀਜੀਅਸ ਲੀਡਰ ਵੀ ਹੈ ਅਤੇ ਜਿਹੜਾ ਹੁਰੀਅਤ ਕਾਨਫਰੰਸ ਦਾ ਚੇਅਰਮੈਨ ਵੀ ਹੈ ਬਹੁਤ ਯੰਗ ਏਜ ਤੋਂ, ਮੌਲਵੀ ਮੀਰ ਵਾਈਜ ਉਮਰ ਫਾਰੂਕ, ਉਹ ਚੰਡੀਗੜ੍ਹ ਆਏ ਸੀ ਅਤੇ ਕਿਸਾਨ ਭਵਨ 'ਚ RSS ਅਤੇ ਬਾਕੀ ਦੇ ਲੋਕਾਂ ਨੇ ਜੋ ਉੱਥੇ ਹੋ ਹੱਲਾ ਉਦੋਂ ਮਚਾਇਆ। ਉਦੋਂ ਤਾਂ ਸੈਂਟਰ 'ਚ BJP ਵੀ ਨਹੀਂ ਸੀ, ਉਦੋਂ ਬਾਕੀ ਦਾ ਵੀ ਕੋਈ ਗੱਲ ਨਹੀਂ ਸੀ, ਕਿਉਂਕਿ ਮੈਨੂੰ, ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਮੀਰ ਵਾਈਜ ਸਾਡੇ ਭਰੋਸੇ 'ਤੇ ਆਇਆ, ਅਸੀਂ ਪਹਿਲਾਂ ਡੈਲੀਗੇਸ਼ਨ ਜਿਹੜਾ ਲੈ ਕੇ ਗਏ ਉਹਨੂੰ ਕਿਹਾ ਚੰਡੀਗੜ੍ਹ ਆ ਕੇ ਆਪਣੀ ਗੱਲ ਕਰੋ, ਕੋਈ ਇਹੋ ਜਿਹੀ ਤਾਂ ਗੱਲ ਨਹੀਂ, ਲੋਕ ਗੱਲ ਕਰਨ ਤੋਂ ਥੋੜ੍ਹੀ ਰੋਕਦੇ ਨੇ, ਆਪਣੀ ਗੱਲ ਕਹਿਣੀ ਚਾਹੀਦੀ ਹੈ। ਜ਼ੁਬਾਨਬੰਦੀ ਦਾ ਰਵਾਇਤ ਜਿਹੜੀ ਹੈ ਉਹ ਕੋਈ ਨਵੀਂ ਨਹੀਂ ਹੈ, ਇਹ ਬੜੀ ਲੰਮੇ ਸਮੇਂ ਤੋਂ ਉਸ ਪੱਧਰ ਦੇ ਉੱਤੇ ਜਾ ਰਹੀ ਹੈ, ਔਰ ਉਦੋਂ ਵੀ ਹਿੰਮਤ ਕੀਤੀ UT 'ਚ, ਉਹ ਰਿਐਕਸ਼ਨ ਤਾਂ ਹੋਇਆ, ਪੁਲਿਸ ਨੇ ਐਕਸ਼ਨ ਉਦੋਂ ਹੀ ਕੀਤਾ ਜਦੋਂ ਕਸ਼ਮੀਰ 'ਚ ਭੰਨ ਤੋੜ ਸਟਾਰਟ ਹੋ ਗਈ ਉਦੋਂ ਹੀ, ਕਿਉਂਕਿ TV ਲਾਈਵ ਦਿਖਾ ਰਿਹਾ ਸੀ, ਲਾਈਵ ਪਤਾ ਲੱਗ ਗਿਆ। ਯੂਨੀਅਨ ਹੋਮ ਮਿਨਿਸਟਰੀ ਤੋਂ ਫਿਰ SSP ਜਾਂ DC ਨੂੰ ਕੋਈ ਚਿੱਠੀ ਆਈ ਤਾਂ ਜਾ ਕੇ ਕੋਈ ਗੱਲ ਹੋਈ। ਇਲੈਕਸ਼ਨ ਰਿਕ ਹੁੰਦੀਆਂ ਨੇ, ਇਲੈਕਸ਼ਨਾਂ ਉਹੀ 1987 ਤੱਕ ਸੈਯਦ ਅਲੀ ਸ਼ਾਹ ਗਿਲਾਨੀ 5 ਵਾਰ ਦਾ MLA ਉਦੋਂ ਪਹਿਲਾਂ ਦਾ ਆਦਮੀ ਹੈ ਜਿਹੜਾ ਹੁਰੀਅਤ ਦੇ ਇੱਕ ਗਰੁੱਪ ਦਾ ਚੇਅਰਮੈਨ ਹੈ, ਇਹਦਾ ਮਤਲਬ ਡੈਮੋਕਰੈਟਿਕ ਆਦਮੀ ਹੋਏਗਾ, ਡੈਮੋਕਰੇਸੀ ਯਕੀਨ ਰੱਖਦਾ ਸੀ।
ਜਸ਼ਨ ਮਲਿਕ ਉਸ ਸਮੇਂ ਦੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਸੀ ਕਰ ਰਹੇ ਸੀ ਉਸੇ ਸਾਰੇ ਮਾਮਲੇ 'ਚ ਸੀ। ਜਦੋਂ ਤੁਸੀਂ ਧੱਕ ਕੇ ਰਾਹ ਬੰਦ ਕਰ ਦਿੰਦੇ ਹੋ ਕਿਸੇ ਵੀ ਡੈਮੋਕ੍ਰੇਸੀ ਦਾ, ਕਿਸੇ ਆਵਾਜ਼ ਦਾ, ਕਿਸੇ ਨੂੰ ਬਿਲਕੁਲ ਬੰਦ ਕਰਦੇ ਹੋ ਤਾਂ ਕਿਤੇ ਨਾ ਕਿਤੇ ਕੋਈ ਰਿਵੋਲਟ ਹੋਰ ਰੂਪ ਲੈ ਲੈਂਦਾ। ਤੁਸੀਂ ਧੱਕ ਕੇ ਉਹਨੂੰ ਹਥਿਆਰਾਂ ਵੱਲ ਭੇਜਦੇ ਹੋ, ਤੁਸੀਂ ਧੱਕ ਕੇ ਉਹਨੂੰ ਸੁਈਸਾਈਡ ਕਰਨ ਵੱਲ ਭੇਜਦੇ ਹੋ ਜਾਂ ਕਿਸੇ ਦੂਜੇ ਮਾਰਨ ਵਾਲੇ ਪਾਸੇ ਵੱਲ ਤੋਰਦੇ ਹੋ ਉਹ ਸਾਰੇ ਮਾਹੌਲ ਨੂੰ। ਜਿਵੇਂ ਇੱਥੇ ਅਕਾਲੀ ਦਲ ਦੇ ਮੋਰਚੇ ਨਾਲ ਵੀ ਹੋਇਆ ਪਹਿਲਾਂ ਜਿਸ ਲੈਵਲ ਦਾ ਚੱਲ ਰਿਹਾ ਸੀ, ਜਿਸ ਤਰੀਕਾ ਇੱਥੇ ਅਡੋਪਟ ਕੀਤਾ ਗਿਆ ਉਹ ਟੀ ਉੱਥੇ ਵੀ ਉਸੇ ਲੈਵਲ 'ਤੇ ਅਡੋਪਟ ਕੀਤਾ। ਮੈਨੂੰ ਲੱਗਦਾ ਕਸ਼ਮੀਰ ਬਾਰੇ ਸਮਝ ਦਾ ਜਿਹੜਾ ਇੱਕ ਲੈਵਲ ਸੀ ਸ਼ੁਰੂ ਤੋਂ ਲੈ ਕੇ ਸਾਡੇ ਦੇਸ਼ ਦੇ ਵਿੱਚ ਉਹ ਡਿਫੈਕਟਿਵ ਰਿਹਾ। ਈਵਨ ਬਹੁਤ ਸਾਰੀਆਂ ਉਹਨਾਂ ਧਿਰਾਂ ਦਾ ਵੀ ਡਿਫੈਕਟਿਵ ਰਿਹਾ ਜਿਹੜਾ ਰੀਅਲੀ ਕਸ਼ਮੀਰ ਦਾ ਮੁੱਦਾ ਚਾਹੁੰਦੀਆਂ ਸੀ ਕਿ ਉਹ ਸਲੂਸ਼ਨ ਹੋ ਜਾਵੇ, ਉਹ ਹੱਲ ਹੋ ਜਾਵੇ। ਬਹੁਤੇ ਕਹਿੰਦੇ ਰਹੇ ਲਗਾਤਾਰ ਕਿ ਕਸ਼ਮੀਰ ਅਟੁੱਟ ਅੰਗ ਹੈ ਹਿੰਦੁਸਤਾਨ ਦਾ, ਔਰ ਨਾਲ ਦੀ ਨਾਲ ਇਹ ਕਹਿੰਦੇ ਰਹੇ ਉਸੇ ਤਰੀਕੇ ਦੇ ਨਾਲ ਕਿ ਕਸ਼ਮੀਰ ਬਾਇਓਲੈਟਰਲ ਇਸ਼ੂ ਹੈ। ਅੱਜ ਵੀ ਇਹੀ ਡਿਬੇਟ ਚੱਲਦੀ ਹੈ ਕਿ ਇਹ ਨਹੀਂ ਹੈ। ਸਾਡੇ ਜਿਹਨ 'ਚ ਕਸ਼ਮੀਰੀ ਲੋਕ ਕਦੇ ਆਏ ਹੀ ਨਹੀਂ। ਕਸ਼ਮੀਰ ਬਾਇਓਲੈਟਰ ਕਿਹਦਾ, ਹਿੰਦੁਸਤਾਨ ਅਤੇ ਪਾਕਿਸਤਾਨ ਦਾ? ਕਸ਼ਮੀਰੀ ਕਿੱਥੇ ਨੇ ਫਿਰ? ਇਹ ਟ੍ਰਾਈਲੈਟਰ ਕਿਉਂ ਨਹੀਂ ਹੈ ਸ਼ੁਰੂ ਤੋਂ ਤਿੰਨ ਧਿਰੀ ਮੁੱਦਾ ਕਿਉਂ ਨਹੀਂ ਸਾਡੇ ਈਡੀਅਮ 'ਚ, ਸਾਡੇ ਵਿਵਹਾਰ 'ਚ, ਸਾਡੇ ਸਲੋਗਨ 'ਚ ਆਇਆ ਕਿਉਂ ਨਹੀਂ ਹੈ ਕਿ ਕਸ਼ਮੀਰੀ ਲੋਕ ਵੀ ਨੇ ਜਿਨ੍ਹਾਂ 'ਤੇ ਤੁਸੀਂ ਫੈਸਲਾ ਕਰਨਾ? ਅਤੇ ਇਸੇ ਤਰ੍ਹਾਂ ਜਦੋਂ ਉਹ ਲੋਕ ਜਿਹੜੇ ਉਹ ਅਸੈਂਬਲੀ ਹਰ ਕਾਨੂੰਨ ਦੇਸ਼ ਦਾ ਜਿਹੜਾ ਬਣਦਾ ਤਾਂ ਐਕਸੈਪਟ ਜੰਮੂ ਕਸ਼ਮੀਰ ਲਿਖਿਆ ਹੇਠਾਂ 9 ਆਉਂਦੀ ਹੈ ਜਿਹੜਾ ਵੀ ਨੋਟੀਫਿਕੇਸ਼ਨ ਹੁੰਦਾ। ਛੋਟੇ ਛੋਟੇ ਕਾਨੂੰਨਾਂ ਦੇ ਵਿੱਚ ਤਾਂ ਤੁਹਾਨੂੰ ਅਸੈਂਬਲੀ ਨੂੰ ਪੁੱਛਣਾ ਜ਼ਰੂਰੀ ਹੈ। ਉਹਦੀ ਹੋਂਦ ਖਤਮ ਕਰਨ ਦੇ ਮਾਮਲੇ 'ਚ ਤੁਸੀਂ ਕਹਿ ਰਹੇ ਹੋ ਅਸੈਂਬਲੀ ਨੂੰ ਪੁੱਛਣ ਦਾ ਲੋੜ ਨਹੀਂ ਹੈ? ਇਹ ਲੌਜਿਕ ਕਿਹੜਾ? ਕਿਤੇ ਵੀ ਅੱਜ ਤੱਕ ਦੇ ਦੇਸ਼ ਦੀ ਪਾਰਲੀਮੈਂਟ ਨੇ ਜਿੰਨੇ ਕਾਨੂੰਨ ਬਣਾਏ ਨੇ, ਇੱਕ ਵੀ ਕਾਨੂੰਨ ਦੱਸੋ ਜਿਹਦੇ ਹੇਠਾਂ ਇਹ ਨਹੀਂ ਲਿਖਿਆ ਹੋਇਆ ਐਕਸੈਪਟ ਜੇ ਐਂਡ ਕੇ। ਉਸੇ ਤਰ੍ਹਾਂ ਕਿਉਂਕਿ 1965 ਤੱਕ ਜੰਮੂ ਕਸ਼ਮੀਰ ਦੇ ਵਿੱਚ ਇੱਕ ਵੀ ਨੈਸ਼ਨਲ ਪਾਰਟੀ ਦਾ ਝੰਡਾ ਫੜਨ ਵਾਲਾ ਕੋਈ ਬੰਦਾ ਨਹੀਂ ਸੀ ਕਸ਼ਮੀਰ ਵੈਲੀ ਦੇ ਵਿੱਚ, ਅਤੇ ਉੱਥੇ ਬਲਡੋਜ ਇਸ ਕਰਕੇ ਕਰਨਾ ਸੀ, ਉਦੋਂ ਬਾਅਦ ਵਾਰ ਵਾਰ 370 ਨੂੰ ਰਡਿਊਸ ਇਸ ਕਰਕੇ ਕਰਨਾ ਸੀ, ਪਹਿਲਾਂ ਅਲੱਗ ਪ੍ਰਧਾਨ, ਅਲੱਗ ਸੰਵਿਧਾਨ ਅਤੇ ਅਲੱਗ ਨਿਸ਼ਾਨ ਵਾਲਾ ਜਿਹੜਾ ਕੰਸੈਪਟ ਸੀ ਉਹਨੂੰ ਖਤਮ ਕਰਨਾ ਅਤੇ ਉਹਨੂੰ ਆਪਣੇ ਢੰਗ ਨਾਲ ਉਸ ਲੈਵਲ ਦਾ ਲਿਆਉਣਾ। ਉਹ ਪਰ ਉਹ ਕੀਤਾ ਗਿਆ, ਟੈਕਨੀਕਲੀ ਉਹ ਠੀਕ ਕੀਤਾ ਗਿਆ ਇਸ ਐਂਗਲ ਤੋਂ ਵੀ, ਬੰਦੇ ਖਰੀਦੇ ਜਾਂ ਡਰਾਏ ਅਸੈਂਬਲੀ ਤੋਂ ਅਪਰੂਵ ਕਰਾ ਕੇ ਕੀਤਾ ਗਿਆ। ਹੁਣ ਬਿਲਕੁਲ ਨੰਗਾ ਚਿੱਟਾ ਕਿ ਹੁਣ ਅਸੈਂਬਲੀ ਦੀ ਵੀ ਲੋੜ ਨਹੀਂ ਹੈ, ਫਰਕ ਇਹੀ ਹੈ। ਇਹ ਇੱਕ ਕੰਟੀਨਿਊ ਪ੍ਰੋਸੈਸ ਹੈ, ਕੋਈ ਅੱਜ ਦੀ ਗੱਲ ਨਹੀਂ ਹੈ। ਉਸ ਪ੍ਰੋਸੈਸ ਦੇ ਵਿੱਚ ਇੱਕ ਡੋਮੀਨੇਟਿੰਗ ਰਾਏ ਜਿਹੜੀ ਲਗਾਤਾਰ ਕਸ਼ਮੀਰ ਦੇ ਵਿੱਚ ਉਸੇ ਪੱਧਰ ਦੇ ਉੱਤੇ ਚੱਲਦੀ ਆ ਰਹੀ ਹੈ, ਔਰ ਇਸੇ ਕਰਕੇ ਜਿਹੜਾ ਹੁਣ ਦਾ ਉਦੋਂ ਬਾਅਦ ਦੀ ਵੀ ਕਸ਼ਮੀਰੀ ਮੂਵਮੈਂਟ ਦਾ ਸਵਾਲ ਵੀ ਹੈ। ਇਹ ਗੱਲ ਸਾਬਤ ਹੋ ਚੁੱਕੀ ਹੈ, ਕਸ਼ਮੀਰੀ ਲੀਡਰ ਤਾਂ ਵਾਰ ਵਾਰ ਕਹਿੰਦੇ ਨੇ, ਪਰ ਕਿੰਨੀਆਂ ਹੀ ਰਿਪੋਰਟਾਂ ਨੇ ਇਹ ਸਾਬਤ ਕੀਤਾ ਕਿ ਉਹਨੂੰ ਕਮਿਊਨਲ ਮੂਵਮੈਂਟ ਬਣਾਉਣ ਦੇ ਲਈ ਜਗਮੋਹਨ ਜਦੋਂ ਗਵਰਨਰ ਸੀ ਉਹਨਾਂ ਨੇ ਕਾਂਸਪੀਰੇਸੀ ਦੇ ਤਹਿਤ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ ਕਿ ਇਹਨਾਂ ਨੂੰ ਇੱਕ ਵਾਰ ਲੈ ਜਾਓ, ਇਹਨਾਂ ਨੂੰ ਅਸੀਂ ਸੁਧਾਰ ਕੇ ਤੁਹਾਨੂੰ ਹੁਣੇ ਵਾਪਸ ਬੁਲਾ ਲਾਂਗੇ, ਕੋਈ ਬੜੀ ਗੱਲ ਨਹੀਂ। ਜਿਵੇਂ ਹਜ਼ਰਤ ਬਲ ਘੇਰੀ, ਜਿਵੇਂ ਬਲਿਊ ਸਟਾਰ ਸਾਡੇ ਸੀ ਘੇਰ ਕੇ ਕੀਤਾ ਗਿਆ, ਹਜ਼ਰਤ ਬਲ ਦਾ ਪਾਣੀ ਕੱਟਿਆ ਗਿਆ, ਹਜ਼ਰਤ ਬਲ ਦਾ ਲਾਈਟਾਂ ਕੱਟੀਆਂ ਗਈਆਂ, ਪਰ ਕਸ਼ਮੀਰ ਉਹਦੋਂ ਬਚਿਆ ਕਿਵੇਂ? ਕੇਵਲ ਜੰਮੂ ਕਸ਼ਮੀਰ ਦੀ ਹਾਈ ਕੋਰਟ ਇੰਡੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।